ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਪਤਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚਵਰ ਛਤਰ ਦੇ ਮਾਲਕ, ਜੁਗੋ ਜੁਗ ਅਟਲ ਬਾਣੀ ਗੁਰੂ, ਗੁਰੂ ਹੈ ਬਾਣੀ, ਐਸੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤ ਨੇ ਜਗਤ ਗੁਰੂ ਜੋਤ ਰੂਪ ਹਰ ਆਪ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮਹਿਮਾ ਉਸਤਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਾਸੋਂ ਬੜੇ ਪ੍ਰੇਮ ਦੇ ਨਾਲ ਸ਼੍ਰਵਣ ਕੀਤੀ ਹੈ। ਆਓ ਜਿੱਥੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮਹਿਮਾ ਸ਼੍ਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਉੱਥੇ
ਆਪ ਸੰਗਤਾਂ ਵੱਲੋਂ ਹੁਕਮ ਪਹੁੰਚਿਆ ਸੀ ਕਿ 6 ਪਾਤਸ਼ਾਹੀਆਂ ਤੱਕ ਸਤਿਗੁਰੂ ਸਾਹਿਬ ਜੀ ਦਾ ਇਤਿਹਾਸ ਸੰਗਤ ਨੇ ਬੜੇ ਪ੍ਰੇਮ ਦੇ ਨਾਲ ਸ਼੍ਰਵਣ ਕੀਤਾ ਹੈ। 7ਵੇਂ ਪਾਤਸ਼ਾਹ ਜੀ ਦਾ ਪਵਿੱਤਰ ਜੀਵਨ ਅਤੇ 8ਵੇਂ ਪਾਤਸ਼ਾਹ ਜੀ ਦਾ ਪਵਿੱਤਰ ਜੀਵਨ ਸੰਗਤ ਸੁਣਨਾ ਚਾਹੁੰਦੀ ਹੈ। ਇਸ ਕਰਕੇ ਸਾਧ ਸੰਗਤ ਜੀਓ, ਆਪ ਕਿਰਪਾ ਕਰੋ, 7ਵੇਂ ਗੁਰੂ ਨਾਨਕ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਪਵਿੱਤਰ ਜੀਵਨ ਤੋਂ ਆਪਾਂ ਆਰੰਭ ਕਰਦੇ ਹਾਂ। ਜੇ ਸਮੇਂ ਨੇ ਇਜਾਜ਼ਤ ਦਿੱਤੀ ਤਾਂ 8ਵੇਂ ਪਾਤਸ਼ਾਹ ਦੇ ਜੀਵਨ ਦੀ ਵੀ ਸਾਂਝ ਪਾਉਣ ਦਾ ਦਾਸ ਯਤਨ ਕਰੇਗਾ। ਇੱਕ ਵਾਰੀ ਸਾਰੀਆਂ ਸੰਗਤਾਂ ਕਿਰਪਾ ਕਰੋ, ਅਸੀਸ ਦੇ ਰੂਪ ਦੇ ਵਿੱਚ ਹਾਜ਼ਰੀ ਪ੍ਰਵਾਨ ਕਰਦੇ ਹੋਏ ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 7ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ, ਵੱਡ ਯੋਧਾ, ਬਹੁ ਪਰਉਪਕਾਰੀ, ਐਸੇ ਦੀਨ ਦਿਆਲ ਸਤਿਗੁਰੂ ਜੀ ਦੇ ਪੋਤਰੇ ਲੱਗਦੇ ਸੀ ਪਰਿਵਾਰ ਵਜੋਂ। ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਸਾਹਿਬਜ਼ਾਦੇ ਸਨ। ਸਾਹਿਬ ਬਾਬਾ ਗੁਰਦਿੱਤਾ ਜੀ, ਸਾਹਿਬ ਬਾਬਾ ਸੂਰਜਮਲ ਜੀ, ਸਾਹਿਬ ਬਾਬਾ ਅਟਲ ਜੀ, ਸਾਹਿਬ ਬਾਬਾ ਅਣੀ ਰਾਏ ਜੀ, ਔਰ ਸਭ ਤੋਂ ਛੋਟੇ ਹਿੰਦ ਦੀ ਚਾਦਰ ਤਿਲਕ ਨੰਜੂ ਰਾਖਾ ਪ੍ਰਵਤਾਕਾ, ਜਿਨ੍ਹਾਂ ਬਾਰੇ 10ਵੇਂ ਪਾਤਸ਼ਾਹ ਪਵਿੱਤਰ ਬਚਨ ਕਰਦੇ ਨੇ, ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਭ ਤੋਂ ਛੋਟੇ ਸਨ। ਸਤਿਗੁਰਾਂ ਦੇ ਘਰ ਦੇ ਵਿੱਚ ਇੱਕ ਬੱਚੀ ਨੇ ਵੀ ਜਨਮ ਲਿਆ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਆਉਂਦਾ ਹੈ ਬੀਬੀ ਵੀਰੋ ਜੀ। ਸਤਿਗੁਰੂ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ, ਜਿਨ੍ਹਾਂ ਪ੍ਰਥਾਏ ਇਹ ਪਵਿੱਤਰ ਬਚਨ ਉਚਾਰਨ ਕੀਤੇ ਨੇ ਵਰ ਰੂਪ ਦੇ ਵਿੱਚ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਆਪ ਜਵਾਨੀ ਦੇ ਵਿੱਚ ਹੀ ਜੋਤੀ ਜੋਤ ਸਮਾ ਗਏ, ਪਿਤਾ ਸਤਿਗੁਰੂ ਜੀ ਦਾ ਬਚਨ ਕਮਾਇਆ। ਬਾਬਾ ਗੁਰਦਿੱਤਾ ਸਾਹਿਬ ਜੀ ਦੇ ਵੀ ਅੱਗੇ 2 ਸਾਹਿਬਜ਼ਾਦੇ ਸੀ,
ਵੱਡੇ ਸੀ ਬਾਬਾ ਧੀਰ ਮੱਲ, ਛੋਟੇ ਸੀ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ। ਹੁਣ ਇੱਥੇ ਇੱਕ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਧੰਨ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੱਦੀ ਕਿਉਂ ਪ੍ਰਾਪਤ ਹੋਈ, ਭਾਵੇਂ ਕਿ ਵੱਡੇ ਬਾਬਾ ਧੀਰ ਮੱਲ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਵੇਂ ਬਾਬਾ ਕਹਿਣ ਤੋਂ ਭਾਵ ਧੰਨ ਗੁਰੂ ਹਰ ਰਾਏ ਸਾਹਿਬ ਉੱਪਰ ਕਿਰਪਾ ਹੁੰਦੀ ਹੈ, ਉਹਦੇ ਬਚਨ ਇਤਿਹਾਸ ਵਿੱਚ ਅੰਕਿਤ ਕੀਤੇ ਨੇ। ਸਾਹਿਬ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਉਹਨਾਂ ਨੂੰ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਵਾਰਸ ਕਿਉਂ ਚੁਣਿਆ? ਹਾਲਾਂਕਿ ਤਿੰਨ ਸਾਹਿਬਜ਼ਾਦੇ ਸਰੀਰ ਕਰਕੇ ਮੌਜੂਦ ਸੀ ਉਦੋਂ ਜਦੋਂ ਉਹਨਾਂ ਨੂੰ ਗੱਦੀ ਤੇ ਬਿਠਾਇਆ ਗਿਆ, ਕਿਉਂ ਬਾਬਾ ਗੁਰਦਿੱਤਾ ਜੀ ਵੀ ਜੋਤੀ ਜੋਤ ਸਮਾ ਚੁੱਕੇ ਸੀ ਔਰ ਆਪ ਜੀ ਭਲੀ ਪ੍ਰਕਾਰ ਜਾਣਦੇ ਹੋ, ਬਾਬਾ ਅਟਲ ਸਾਹਿਬ ਵੀ ਜੋਤੀ ਜੋਤ ਸਮਾ ਚੁੱਕੇ ਸੀ। ਤਿੰਨ ਸਾਹਿਬਜ਼ਾਦੇ ਸਨ ਪਰ ਤਿੰਨਾਂ ਨੂੰ ਛੱਡ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੋਤਰੇ ਨੂੰ ਗੱਦੀ ਦਿੱਤੀ। ਜਦੋਂ ਅਸੀਂ ਇਤਿਹਾਸ ਵਾਚਦੇ ਹਾਂ ਤਾਂ ਇਤਿਹਾਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਗੱਦੀ ਗੁਰੂ ਹਰ ਰਾਏ ਸਾਹਿਬ ਨੂੰ ਕਿਉਂ ਦਿੱਤੀ ਗਈ। ਧੰਨ ਗੁਰੂ ਹਰ ਰਾਏ ਸਾਹਿਬ ਭਾਵੇਂ ਛੋਟੀ ਉਮਰ ਦੇ ਵਿੱਚ ਸੀ ਪਰ ਇਹਨਾਂ ਦੀ ਇੱਕ ਸਿਫਤ ਸੀ ਕਿ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਕਮਾਉਂਦੇ ਸਨ ਤੇ ਗੁਰੂ ਘਰ ਦੇ ਵਿੱਚ ਜਿਨ੍ਹੇ ਬਚਨ ਕਮਾਇਆ ਨਾਲ ਬਚਨ ਦੇ ਨਿਮਰਤਾ ਵੀ ਰੱਖੀ। ਕੱਲਾ ਬਚਨ ਨਹੀਂ, ਵੈਸੇ ਤੇ ਬਚਨ ਹੀ ਨਹੀਂ ਕਮਾਇਆ ਜਾਂਦਾ, ਸਭ ਤੋਂ ਵੱਡੀ ਗੱਲ ਇਹ ਹੈ ਬਚਨ ਕਮਾਉਣ ਦੇ ਨਾਲ ਨਾਲ ਨਿਮਰਤਾ ਵੀ ਰੱਖੀ, ਉਹਨੂੰ ਗੁਰੂ ਘਰ ਦੇ ਵਿੱਚੋਂ ਸਭ ਕੁਝ ਪ੍ਰਾਪਤ ਹੋਇਆ। ਧੰਨ ਗੁਰੂ ਹਰ ਰਾਏ ਸਾਹਿਬ ਦਾ ਇੱਕ ਸੁਭਾਅ ਸੀ, ਆਹ ਦੇਖੋ ਜਿਵੇਂ ਪਚੰਗੀ ਬੈਠੇ ਨੇ ਨਾ ਛੋਟੇ ਛੋਟੇ, ਛੋਟੀ ਜੀ ਉਮਰ, ਇਹਨਾਂ ਦਾ ਸੁਭਾਅ ਸੀ ਕਿ ਸੌ ਪੱਲਿਆਂ ਵਾਲਾ ਸੌ ਕਲੀਆਂ ਵਾਲਾ ਚੋਲਾ ਪਹਿਨਦੇ ਸੀ, ਜਾਮਾ ਪਹਿਨਦੇ ਸੀ। ਇੱਕ ਦਿਨ ਦੀ ਗੱਲ ਹੈ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਗ ਦੇ ਵਿੱਚ ਸੈਰ ਕਰਦੇ ਪਏ ਨੇ, ਗੁਰੂ ਹਰ ਰਾਏ ਸਾਹਿਬ ਵੀ ਪਿੱਛੋਂ ਆਏ ਔਰ ਕਾਹਲੀ ਦੇ ਨਾਲ ਬਾਗ ਦੇ ਵਿੱਚ ਗਏ ਕਿ ਜਿੰਨਾ ਚਿਰ ਨੂੰ ਦਾਦਾ ਸਤਿਗੁਰੂ ਪੁੱਛਣ ਕਿ ਸ੍ਰੀ ਹਰ ਰਾਏ ਸਾਹਿਬ ਕਿੱਥੇ ਨੇ, ਓਨੇ ਚਿਰ ਨੂੰ ਮੈਂ ਭੱਜ ਕੇ ਕਾਹਲੀ ਦੇ ਨਾਲ ਉਹਨਾਂ ਦੇ ਨਾਲ ਜਾ ਕੇ ਰਲ ਜਾਂਦਾ। ਇਸ ਕਾਹਲੀ ਦੇ ਵਿੱਚ ਜਦੋਂ ਤੁਰੇ
ਤਾਂ ਜਿਹੜਾ 100 ਪੱਲਿਆਂ ਵਾਲਾ ਉਹਨਾਂ ਦਾ ਚੋਲਾ ਸੀ ਉਹ ਹਵਾ ਦੇ ਵੇਗ ਤੇਜ਼ ਤੁਰਨ ਦੇ ਵੇਗ ਨਾਲ ਖਿਲਰ ਗਿਆ। ਬੜਾ ਸੋਹਣਾ ਇੱਕ ਫੁੱਲ ਖਿੜਿਆ ਸੀ। ਛੇਵੇਂ ਪਾਤਸ਼ਾਹ ਨੂੰ ਵੇਖ ਕੇ ਲੰਘੇ ਸੀ ਉਹਦੀ ਸਿਫਤ ਕਰਕੇ। ਚੋਲਾ ਉੱਤੇ ਪੈ ਗਿਆ, ਜਦੋਂ ਵੇਗ ਦੇ ਨਾਲ ਤੇਜ਼ੀ ਨਾਲ ਤੁਰੇ ਚੋਲੇ ਨੂੰ ਖਿੱਚਿਆ ਤੇ ਉਹ ਫੁੱਲ ਸ਼ਾਖਾ ਨਾਲੋਂ ਟੁੱਟ ਗਿਆ। ਜਦੋਂ ਉਹ ਫੁੱਲ ਸ਼ਾਖਾ ਨਾਲੋਂ ਟੁੱਟ ਗਿਆ, ਸੇਵਾਦਾਰ ਨੇ ਦੇਖਿਆ, ਪਰ ਆਪ ਕਾਹਲੀ ਨਾਲ ਤੁਰ ਕੇ ਦਾਦਾ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਨਾਲ ਰਲ ਗਿਆ। ਛੇਵੇਂ ਪਾਤਸ਼ਾਹ ਬੜੇ ਪ੍ਰੇਮ ਦੇ ਨਾਲ ਉਹਨਾਂ ਨੂੰ ਨਾਲ ਲੈ ਕੇ ਸੈਰ ਕਰਦੇ ਨੇ। ਜਦੋਂ ਵਾਪਸ ਉਧਰ ਦੀ ਲੰਘਦੇ ਨੇ ਤਾਂ ਸਤਿਗੁਰੂ ਜੀ ਨੇ ਆਖਿਆ ਕਿ ਇਹ ਫੁੱਲ ਤੇ ਬੜਾ ਸੋਹਣਾ ਖਿੜਿਆ ਸੀ, ਇਹ ਟੁੱਟ ਕਿੱਦਾਂ ਗਿਆ? ਜਦੋਂ ਪਹਿਲਾਂ ਲੰਘੇ ਸੀ ਉਦੋਂ ਇਸੇ ਤਰ੍ਹਾਂ ਹੀ ਸ਼ਾਖਾ ਨਾਲ ਜੁੜਿਆ ਸੀ। ਹੋਰ ਤੇ ਕੋਈ ਬੋਲਿਆ ਨਹੀਂ। ਸੇਵਾਦਾਰ ਨੇ ਆਖਿਆ, ਸੱਚੇ ਪਾਤਸ਼ਾਹ, ਆਪ ਜੀ ਦੇ ਪੋਤਰੇ ਗੁਰੂ ਹਰਿਰਾਏ ਸਾਹਿਬ ਦੇ ਚੋਲੇ ਦੇ ਨਾਲ ਅੜਕੇ ਟੁੱਟਿਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁੱਖ ਤੋਂ ਸਹਿਜ ਸੁਭਾਅ ਬਚਨ ਨਿਕਲੇ, ਇਤਿਹਾਸ ਨੇ ਬਹੁਤ ਸੋਹਣੇ ਅੰਕਿਤ ਕੀਤੇ। ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਜੋ ਦੀਰਘ ਜਾਮਾ ਗਰ ਪਾਵੇ ਕਿਉਂ ਨਾ ਸੰਕੋਚ ਸੰਭਾਰ ਚਲਨ ਤੇ। ਜੇ ਵੱਡਾ ਚੋਲਾ ਗਲ ਦੇ ਵਿੱਚ ਪਾਉਣਾ ਹੈ ਫਿਰ ਸੰਭਾਲ ਕੇ ਵੀ ਤੁਰੋ। ਹੋਰ ਵਿਦਵਾਨਾਂ ਨੇ ਇਹਨੂੰ ਬੜਾ ਸੋਹਣਾ ਲਿਖਿਆ ਹੈ ਕਿ ਬੇਟਾ ਦਾਮਨ ਸੰਕੋਚ ਚਲੋ, ਚੋਲੇ ਨੂੰ ਸੰਭਾਲ ਕੇ ਤੁਰੋ। ਇਹ ਦੇਖਣ ਨੂੰ ਤੇ ਸੁਣਨ ਨੂੰ ਤੇ ਬੜੇ ਸਧਾਰਨ ਜਿਹੇ ਸ਼ਬਦ ਨੇ, ਪਰ ਇਹਨਾਂ ਦੀ ਸਿੱਖਿਆ ਬੜੀ ਡੂੰਘੀ ਸੀ। ਸਿੱਖਿਆ ਇਹ ਸੀ ਕਿ ਤੁਸੀਂ ਗੁਰਤਾ ਗੱਦੀ ਤੇ ਬੈਠਣਾ ਹੈ, ਬੜੇ ਸਾਵਧਾਨ ਹੋ ਕੇ ਤੁਰੋ। ਤੁਹਾਨੂੰ ਗੁਰਤਾ ਗੱਦੀ ਪ੍ਰਾਪਤ ਹੋਣੀ ਹੈ। ਕਮਾਲ ਦੀ ਗੱਲ ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖੀ ਹੈ, ਕਹਿੰਦੇ ਏਡੇ ਵੱਡੇ ਸੂਰਮੇ ਗੁਰੂ ਹਰਗੋਬਿੰਦ ਸਾਹਿਬ, ਏਡੇ ਵੱਡੇ ਸੂਰਮੇ ਵੀ ਜੇ ਵਾਰ ਕਰਦੇ ਆ ਤੇ ਸਵਾਰ ਦੇ ਸਿਣੇ ਘੋੜਾ ਵੀ ਚੀਰ ਕੇ ਤਲਵਾਰ ਥੱਲੇ ਲਾ ਦਿੰਦੇ, ਏਡੇ ਬਲੀ। ਪਰ ਜਦੋਂ ਦੇਖਿਆ ਕਿ ਇੱਕ ਫੁੱਲ ਟੁੱਟ ਗਿਆ ਤੇ ਦਿਲ ਦੇ ਏਡੇ ਨਰਮ ਉਹਦੇ ਲਾਗੇ ਖਲੋ ਗਏ। ਐਸੇ ਪਰਉਪਕਾਰੀ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਬਚਨ ਹੁਣ ਦੇਖੋ, ਇਹ ਬਚਨ ਹੋਏ ਨੇ ਬਚਪਨ ਚ। ਜਿੰਨਾ ਚਿਰ ਗੁਰੂ ਹਰਿਰਾਏ ਸਾਹਿਬ ਸਰੀਰ ਕਰਕੇ ਰਹੇ, ਜਿੰਨਾ ਚਿਰ ਉਹਨਾਂ ਦੇ ਪੰਜ ਭੌਤਿਕ ਸਰੀਰ ਵਿੱਚ ਸਵਾਸ ਚੱਲਦੇ ਰਹੇ, ਉਹ ਸਾਰੀ ਉਮਰ ਆਪਣੇ ਚੋਲੇ ਨੂੰ ਫੜ ਕੇ ਤੁਰਦੇ ਰਹੇ।
ਚੋਲਾ ਉਹ 100 ਪੱਲਿਆਂ ਵਾਲਾ ਕਲੀਆਂ ਵਾਲਾ ਹੀ ਪਾਉਂਦੇ ਰਹੇ ਪਰ ਚੋਲੇ ਨੂੰ ਦੋਵੇਂ ਪਾਸੇ ਤੋਂ ਹੱਥਾਂ 'ਚ ਫੜ ਕੇ ਸੰਕੋਚ ਕੇ ਤੁਰਦੇ ਰਹੇ ਜਿੰਨਾ ਚਿਰ ਉਹ ਸਰੀਰ ਕਰਕੇ ਰਹੇ ਜਿੰਨਾ ਚਿਰ ਉਹਨਾਂ 'ਚ ਇੱਕ ਸਾਹ ਵੀ ਸੀ। ਐਸੇ ਬਚਨਾਂ ਦੇ ਬਲੀ ਗੁਰੂ ਹਰਿਰਾਏ ਸਾਹਿਬ ਹੋਏ। ਇਤਿਹਾਸ ਨੇ ਇਹ ਉਹਨਾਂ ਬਾਰੇ ਜ਼ਿਕਰ ਕੀਤਾ, ਤਬ ਤੇ ਮਾਨਿਓ ਬਚਨ ਭਲੇ ਹੈ, ਜਪ ਲਓ ਜੀਏ ਨਾ ਸ਼ੋਰ ਚੱਲੇ। ਉਹਨਾਂ ਚਿਰ ਬਚਨ ਕਮਾ ਗੁਰੂ ਕਿਆ ਸਿੱਖਾ, ਜਿੰਨਾ ਚਿਰ ਤੂੰ ਜਿਉਂਦਾ ਜਿੰਨਾ ਚਿਰ ਤੇਰੇ ਅੰਦਰ ਸਾਹ ਚੱਲਦੇ ਨੇ ਗੁਰੂ ਫੇਰ ਖੁਸ਼ ਹੁੰਦਾ ਹੈ, ਗੁਰੂ ਫੇਰ ਪ੍ਰਸੰਨ ਹੁੰਦਾ ਹੈ। ਗੁਰਤਾ ਗੱਦੀ ਤੇ ਬਿਠਾਇਆ, ਤਿੰਨ ਬਚਨ ਕੀਤੇ ਕਿਹੜੇ? ਇੱਕ ਸਭ ਤੋਂ ਪਹਿਲਾ ਦਾਮਨ ਸੰਕੋਚ ਚੱਲੋ, ਦੂਸਰਾ ਬਚਨ ਕੀਤਾ ਕਿ ਮਲੇਸ਼ ਦੇ ਮੱਥੇ ਨਹੀਂ ਲੱਗਣ। ਹੁਣ ਇੱਥੇ ਸੰਗਤਾਂ ਦੇ ਮਨ ਵਿੱਚ ਪ੍ਰਸ਼ਨ ਵੀ ਆ ਸਕਦਾ ਵੀ ਮਲੇਸ਼ ਕੌਣ? ਵੈਸੇ ਮਲੇਸ਼ ਕਹਿੰਦੇ ਨੇ ਅਧਰਮੀ ਨੂੰ, ਔਰ ਸਿਮਰਤੀਆਂ ਦੇ ਵਿੱਚ ਇਹਦੇ ਅਰਥ ਵੱਖਰੇ ਨੇ। ਬ੍ਰਾਹਮਣਾਂ ਨੇ ਆਪਣੇ ਹਿਸਾਬ ਨਾਲ ਵੀ ਕੀਤੇ ਨੇ। ਉਹ ਮਲੇਸ਼ ਕਹਿੰਦੇ ਨੇ ਮੁਸਲਮਾਨ, ਪਰ ਗੁਰੂ ਨਾਨਕ ਦੇਵ ਸਾਹਿਬ ਦਾ ਧਰਮ ਕਿਸੇ ਜਾਤ ਦੇ ਉਲਟ ਨਹੀਂ ਹੈ, ਕਿਸੇ ਮਜ਼ਹਬ ਦੇ ਉਲਟ ਨਹੀਂ ਹੈ। ਇੱਥੇ ਮਲੇਸ਼ ਤੋਂ ਭਾਵ ਹੈ ਅਧਰਮੀ ਬੰਦਾ, ਜਿਹੜਾ ਰੱਜ ਕੇ ਅਧਰਮ ਕਮਾਵੇ। ਜਿਵੇਂ ਕਿ ਔਰੰਗਜ਼ੇਬ ਧੰਨ ਗੁਰੂ ਹਰਿਰਾਏ ਸਾਹਿਬ ਨੇ ਬਚਨ ਕੀਤਾ ਵੀ ਪਹਿਲਾ ਔਰੰਗਜ਼ੇਬ ਸਭ ਤੋਂ ਗੰਦੀ ਰਾਜਨੀਤੀ ਕਰਦਾ, ਇਸ ਕਰਕੇ ਮੱਥੇ ਨਹੀਂ ਲੱਗਣ। ਕਿਉਂ? ਇੱਕ ਹੁੰਦੀ ਨੀਤੀ, ਇੱਕ ਹੁੰਦੀ ਰਾਜਨੀਤੀ, ਇੱਕ ਹੁੰਦੀ ਹੈ ਕੂਟਨੀਤੀ। ਨੀਤੀ ਹੁੰਦੀ ਹੈ ਚਲਾਕੀ ਵਰਤ ਕੇ ਧਰਮ ਦਾ ਫਾਇਦਾ ਕਰਨਾ, ਦਿਮਾਗ ਵਰਤ ਕੇ ਧਰਮ ਨੂੰ ਬਚਾਉਣਾ, ਗਰੀਬ ਦੀ ਮਤ ਕਰਨੀ। ਰਾਜਨੀਤੀ ਤੇ ਅੱਜ ਕੱਲ ਤੁਹਾਨੂੰ ਪਤਾ ਜਿੱਦਾਂ ਦੀ ਹੋ ਚੁੱਕੀ ਹੈ, ਕੂਟਨੀਤੀ ਬਣ ਚੁੱਕੀ। ਮੈਨੇ ਅਗਲੇ ਨੂੰ ਭਾਵੇਂ ਨੁਕਸਾਨ ਕਰਨਾ ਪਵੇ, ਜਿਵੇਂ ਮਹਾਰਾਜ ਜੀ ਕਹਿੰਦੇ ਆਗ ਲਗਾਏ ਮੰਦਰ ਮੈਂ ਸੋ, ਕਿਸੇ ਦੇ ਘਰ ਨੂੰ ਅੱਗ ਲਾਉਣੀ ਤੇ ਆਪ ਜਾ ਕੇ ਸੌ ਜਾਣਾ, ਜਾਨੀ ਨੁਕਸਾਨ ਕਰਨਾ, ਕਿਸੇ ਦੀ ਫਸਲ ਖੜੀ ਹੈ ਤੇ ਅੱਗ ਲਾ ਕੇ ਜਾਣ ਕੇ ਫੂਕ ਦੇਣੀ, ਇਹਦੇ ਤੋਂ ਵੱਡਾ ਪਾਪ ਕੋਈ ਨਹੀਂ ਹੁੰਦਾ। ਅੱਜ ਕੱਲ ਇਹ ਚੱਲਦਾ ਕੰਮ ਤੇ ਰਾਜਨੀਤੀ ਹੁੰਦੀ ਹੈ ਅੱਜ ਕੱਲ ਦੇ ਸਮੇਂ ਮੁਤਾਬਕ ਝੂਠ। ਨੀਤੀ ਵਰਤ ਸਕਦਾ ਸਿੱਖ ਨੀਤੀ, ਪਰ ਅੱਜ ਕੱਲ ਵਰਗੀ ਰਾਜਨੀਤੀ ਨਾ ਕਰੇ ਤੇ ਕੂਟਨੀਤੀ ਤੇ ਵਰਤੇ ਹੀ ਨਾ ਜਿਹਦੇ ਵਿੱਚ ਅਗਲੇ ਦਾ ਜਾਣ ਬੁੱਝ ਕੇ ਨੁਕਸਾਨ ਕਰੇ। ਸਤਿਗੁਰੂ ਜੀ ਨੇ ਬਚਨ ਕੀਤਾ ਇੱਕ ਤੇ ਇਹ ਸਭ ਤੋਂ ਘਟੀਆ ਰਾਜਨੀਤੀ ਕਰਦਾ ਹੈ, ਨੰਬਰ ਦੋ ਚਾਤਰਬਾਜ਼ ਹੈ,
ਭਾਵ ਆਪਣੇ ਬਾਪ ਨੂੰ ਕੈਦ ਕਰਕੇ ਭਰਾਵਾਂ ਨੂੰ ਕਤਲ ਕਰਕੇ ਤਖ਼ਤ ਤੇ ਬੈਠਾ। ਨੰਬਰ 3 ਜਿਹੜੀ ਸਭ ਤੋਂ ਮਾੜੀ ਗੱਲ ਹੈ, ਖੁਦਾ ਪ੍ਰਸਤ ਫਕੀਰਾਂ ਨੂੰ ਕਤਲ ਕਰਦਾ। ਰੱਬ ਦੇ ਪਿਆਰੇ ਉਹ ਭਾਵੇਂ ਮੁਸਲਮਾਨ ਸੀ, ਸਰਮਦ ਸਾਹਿਬ ਵਰਗੇ ਅੱਗੇ ਉਹਨੇ ਕਤਲ ਕਰਦੇ ਨੇ ਤੇ ਉਹਨੇ ਕੀਤੇ ਨੇ ਤਕਰੀਬਨ, ਹੁਣ ਜੇ ਗੱਲ ਕਰੀਏ 8 ਲੱਖ ਫਕੀਰ ਮੁਸਲਮਾਨ ਇਸ ਦੇਸ਼ ਵਿੱਚ ਤੁਰਿਆ ਫਿਰਦਾ ਸੀ। 12 ਲੱਖ ਦੇ ਕਰੀਬ ਹਿੰਦੂਆਂ ਦੀਆਂ ਜਮਾਤਾਂ ਦੇ ਸਾਧ ਤੁਰੇ ਫਿਰਦੇ ਸੀ ਇਸ ਦੇਸ਼ ਵਿੱਚ, ਜਿਨ੍ਹਾਂ ਵਿੱਚੋਂ ਪਤਾ ਨਹੀਂ ਇਹਨੇ ਕਿੰਨੇ ਕੁ ਕਤਲ ਕੀਤੇ ਨੇ। ਇੰਨੀਆਂ ਗੱਲਾਂ ਕਰਕੇ ਮਲੇਸ਼ ਸਤਿਗੁਰੂ ਕਹਿੰਦੇ ਸੀ ਔਰੰਗਜ਼ੇਬ ਇਹਦੇ ਮੱਥੇ ਨਹੀਂ ਲੱਗਣਾ ਸਾਰੀ ਉਮਰ। ਇਹ ਸਤਿਗੁਰਾਂ ਦਾ ਦੂਜਾ ਬਚਨ ਸੀ ਗੁਰੂ ਹਰਿਰਾਏ ਸਾਹਿਬ। ਤੀਸਰਾ ਉਹਨਾਂ ਦਾ ਪ੍ਰਣ ਸੀ, ਤੀਸਰਾ ਉਹਨਾਂ ਦਾ ਹੁਕਮ ਸੀ ਕਿ ਯੁੱਧ ਨਹੀਂ ਕਰਨਾ। ਹੈਰਾਨੀ ਹੁੰਦੀ ਹੈ ਕਿ ਆਪ ਸਾਰੀ ਉਮਰ ਕੀਤੇ ਨੇ, 2200 ਘੋੜ ਸਵਾਰ ਹਥਿਆਰਬੰਦ ਨਾਲ ਰਹਿੰਦਾ ਸੀ ਸੂਰਮਾ। ਯੁੱਧ ਹਰ ਗੱਲ ਦਾ ਹੱਲ ਨਹੀਂ, ਜਦੋਂ ਲੋੜ ਪਵੇ ਉਦੋਂ ਹੀ ਕਰਨਾ ਹੈ, ਐਵੇਂ ਨਹੀਂ ਕਰਨਾ, ਇਸ ਕਰਕੇ ਤੁਸੀਂ ਯੁੱਧ ਨਹੀਂ ਕਰਨਾ। ਇਹ 3 ਬਚਨ ਗੁਰੂ ਹਰਿਰਾਏ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੇ ਨੇ। 3 ਬਚਨ ਸੀਸ ਤਲੀ ਤੇ ਰੱਖ ਕੇ ਗੁਰੂ ਹਰਿਰਾਏ ਸਾਹਿਬ ਨੇ ਪਗਾਏ। ਤੀਸਰੀ ਗੱਲ ਜਿਹੜੀ ਯੁੱਧ ਦੀ ਹੈ, ਉਹਦੇ ਬਾਰੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਤਵਾਰੀਖ ਦੇ ਵਿੱਚ। ਉਹ ਲਿਖਦੇ, ਪਹਿਲਾਂ ਜ਼ਾਲਮ ਖਾਨ ਨਾਮੇ ਜਰਨੈਲ 10,000 ਬੰਦਾ ਲੈ ਕੇ ਗੁਰੂ ਹਰਿਰਾਏ ਸਾਹਿਬ ਉੱਤੇ ਚੜ੍ਹਿਆ। ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਸੀ, ਤੁਹਾਡਾ ਵਾਲ ਵਿੰਗਾ ਨਹੀਂ ਕੋਈ ਕਰ ਸਕੇਗਾ। ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਸੀ, ਜਿਹੜਾ ਚੜ ਕੇ ਆਵੇਗਾ ਉਹਨੂੰ ਕਰਤਾਰ ਮਾਰੇਗਾ, ਮੂੰਹ ਦੀ ਖਾ ਕੇ ਜਾਵੇਗਾ। ਜ਼ਾਲਮ ਖਾਂ 10,000 ਬੰਦਾ ਲੈ ਕੇ ਸੱਤਵੇਂ ਪਾਤਸ਼ਾਹ ਨੂੰ ਖਤਮ ਕਰਨ ਵਾਸਤੇ ਤੁਰਿਆ। ਰਾਹ ਦੇ ਵਿੱਚ ਕੱਚਾ ਮਾਸ ਖਾ ਬੈਠਾ, ਢਿੱਡ ਦੀ ਪੀੜ ਨਹੀਂ ਤੜਫਾ ਤੜਫਾ ਕੇ ਮਾਰਤਾ। ਦੂਸਰਾ ਜਰਨੈਲ ਚੜਿਆ ਕੰਧਾਰ ਦਾ, ਜਿਹਦਾ ਨਾਂ ਆਉਂਦਾ ਦੁਰੀਤੇ ਖਾਂ। ਇਹਦੇ ਦੁਸ਼ਮਣਾਂ ਨੇ ਰਾਤ ਨੂੰ ਸੁੱਤੇ ਪਏ ਦੀ ਧੌਣ ਲਾ ਦਿੱਤੀ। ਫਿਰ ਅੱਕ ਕੇ ਤੀਸਰਾ ਜਰਨੈਲ ਬਾਦਸ਼ਾਹ ਵੱਲੋਂ ਚੜਿਆ ਸਤਵੇਂ ਪਾਤਸ਼ਾਹ, ਜਿਹਦਾ ਨਾਮ ਇਤਿਹਾਸ ਦੇ ਵਿੱਚ ਆਉਂਦਾ ਹੈ, ਸਾਡੇ ਇੱਥੇ ਸ਼ਹਿਰ ਹੈ ਭਾਰਤ ਦੇ ਵਿੱਚ ਸਹਾਰਨਪੁਰ, ਉਹਦਾ ਨਾਂ ਆਉਂਦਾ ਹੈ ਨਾਜ਼ਰ ਖਾਂ, ਨਾਹਰ ਖਾਂ। ਇਹ ਗੁਰੂ ਹਰਿਰਾਏ ਸਾਹਿਬ ਤੇ ਚੜ੍ਹਦਾ ਹੈ ਤੇ ਹੁੰਦਾ ਕੀ ਹੈ ਕਿ ਦਾਮਲਾ ਪਿੰਡ
ਜਿਹੜਾ ਹੈ ਜਗਾਤਰੀ ਦੇ ਨੇੜੇ ਪਹੁੰਚਦਾ ਹੈ। ਆਪ ਤੇ ਮਰਨਾ ਹੀ ਮਰਨਾ ਹੈ, ਹੈਜੇ ਦੀ ਬਿਮਾਰੀ ਪੈ ਕੇ ਨਾਲ ਫੌਜ ਵੀ ਮਰਦੀ, ਆਪ ਵੀ ਮਰਦਾ ਹੈ ਤੇ ਫੌਜ ਵੀ ਮਰੀ ਜਾਂਦੀ। ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ ਸੀ, ਜਿਹੜਾ ਤੁਹਾਡੇ ਤੇ ਚੜ ਕੇ ਆਵੇਗਾ ਉਹਨੂੰ ਰੱਬ ਰੱਖੇ। ਬਾਣੀ ਦੇ ਵਿੱਚ ਬੜੀ ਪ੍ਰਤੱਖ ਗੱਲ ਲਿਖੀ ਹੈ। ਮਹਾਰਾਜ ਕਹਿੰਦੇ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੀ। ਜੇ ਤੇਰੇ ਵੱਲ ਗੁਰੂ ਆ ਨਾ, ਦੂਸਰੇ ਬੰਨੇ ਲੱਖਾਂ ਬੰਦੇ ਨੇ, ਤੇਰਾ ਕੱਖ ਨਹੀਂ ਕਰ ਸਕਦਾ। ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਬ ਦਿਜੇ। ਦੂਸਰੇ ਬੰਨੇ ਕਰੋੜਾਂ ਅਰਬਾਂ ਰੁਪਈਆਂ ਦਾ ਮਾਲਕ ਆ, ਬੜਾ ਪੈਸਾ ਵਾ, ਤਾਂ ਵੀ ਤੇਰਾ ਵਾਲ ਵਿੰਗਾ ਨਹੀਂ ਕਰ ਸਕਦਾ ਜੇ ਗੁਰੂ ਤੇਰੇ ਵੱਲ। ਤਿੰਨ ਬਚਨ ਗੁਰੂ ਹਰਗੋਬਿੰਦ ਸਾਹਿਬ ਨੇ ਕਮਾਏ। ਇੱਕ ਵਾਰੀ ਤੇ ਇੱਥੋਂ ਤੱਕ ਨੌਬਤ ਆ ਗਈ, ਇੱਥੋਂ ਤੱਕ। ਜਦੋਂ ਪਰਿਵਾਰ ਤੇ ਗੱਲ ਆਵੇ, ਕਈ ਵਾਰੀ ਬੰਦੇ ਨੂੰ ਆਪਣੇ ਪ੍ਰਤਿਗਿਆ ਤੋੜਨੀ ਪੈਂਦੀ। ਆਮ ਬੰਦੇ ਇੱਕ ਵਾਰੀ ਤੇ ਇੱਥੋਂ ਤੱਕ ਨੌਬਤ ਆ ਗਈ ਕਿ ਇੱਕ ਫੌਜ ਦੀ ਟੁਕੜੀ ਨੇ ਮਹਿਲਾਂ ਨੂੰ ਘੇਰ ਲਿਆ। ਆਪ ਜੀ ਦੇ ਧਰਮ ਪਤਨੀ, ਜਿਨ੍ਹਾਂ ਦਾ ਨਾਮ ਮਾਤਾ ਕ੍ਰਿਸ਼ਨ ਕੌਰ ਵੀ ਆਉਂਦਾ, ਮਾਤਾ ਸੁਲੱਖਣੀ ਵੀ ਆਉਂਦਾ ਹੈ, ਜਿਨ੍ਹਾਂ ਦੀ ਕੁੱਖ ਤੋਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਹੋਇਆ, ਉਹ ਸਾਰੇ ਪਿੱਛੇ ਰਹਿ ਗਏ। ਆਪ ਅੱਗੇ ਲੰਘ ਗਏ ਤੇ ਫੌਜ ਦੇ ਘੇਰੇ ਵਿੱਚ ਆ ਗਏ। ਤਾਂ ਵੀ ਇੰਨਾ ਹੀ ਆਖਿਆ, ਕਹਿੰਦੇ ਦਾਦਾ ਸਤਿਗੁਰੂ ਦਾ ਹੁਕਮ ਨਹੀਂ ਯੁੱਧ ਕਰਦਾ, ਆਪੇ ਮਹਾਰਾਜ ਜਾਣੇ ਤੇ ਉਹ ਜਾਣੇ। ਪਿੱਛੇ ਸੂਰਮਾ ਆਉਂਦਾ ਸੀ, ਜਿਹਨੂੰ ਗੁਰੂ ਹਰ ਰਾਏ ਸਾਹਿਬ ਨੇ ਹੁਣ ਕਈ ਗੱਲ ਤੇ ਇੱਥੇ ਲੋਕ ਕਿੰਤੂ ਕਰਦੇ ਵੀ ਵਰ ਸਰਾਪ ਨਹੀਂ ਹੁੰਦੇ, ਵੀ ਗੁਰੂ ਹਰ ਰਾਏ ਸਾਹਿਬ ਨੇ ਜਿਹਨੂੰ ਸਰਾਪ ਦਿੱਤਾ, ਜੇ ਮੈਂ ਭੁਲੇਖਾ ਨਾ ਖਾਵਾਂ ਭਾਈ ਗੌਰਾ। ਜਿਹਨੂੰ 101 ਸਰਾਫ ਗੁਰੂ ਹਰ ਰਾਏ ਸਾਹਿਬ ਨੇ ਦਿੱਤਾ ਸੀ, ਕਿਉਂ? ਉਹਨੇ ਚੌਰ ਕਰਨ ਵਾਲੇ ਸਿੱਖ ਨੂੰ ਕਤਲ ਕੀਤਾ, ਜਿਹੜਾ ਮਹਾਰਾਜ ਦੇ ਸੀਸ ਤੇ ਚੌਰ ਕਰਦਾ। ਕਈ ਵਾਰੀ ਨਾ ਅੱਗੇ ਪਿੱਛੇ ਹੋ ਜਾਂਦੇ ਨੇ। ਬੜੀਆਂ ਮਾਫੀਆਂ ਮੰਗੀਆਂ, ਮਹਾਰਾਜ ਨੇ ਆਖਿਆ ਮੱਥੇ ਨਾ ਲੱਗੇ ਸਾਰੀ ਉਮਰ, ਸਾਡੇ ਸਿੱਖ ਤੇ ਵਾਰ ਕੀਤਾ। ਸਰਦਾਰ ਸੀ, ਤਗੜਾ ਸੀ, ਬੰਦੇ ਸੀ ਨਾਲ ਵੱਧ, ਭਾਈਕਿਆਂ ਦੇ ਵਿੱਚੋਂ ਸ਼ਾਇਦ ਸੀ, ਭੁਲੇਖਾ ਨਾ ਮੈਂ ਖਾਵਾਂ। ਪਰ ਅੱਜ ਫਿਰ ਉੱਥੇ ਉਹਨੇ ਯੁੱਧ ਕੀਤਾ ਟੁਕੜੀ ਦੇ ਨਾਲ, ਉਹਦੇ ਬੰਦੇ ਵੀ ਸ਼ਹੀਦ ਹੋਏ। ਤੇ ਜਦੋਂ ਏਡੀ ਵੱਡੀ ਉਹਨੇ ਸੇਵਾ ਕੀਤੀ ਤੇ ਮਹਾਰਾਜ ਨੇ ਆਖਿਆ ਸੀ ਕੋਈ ਨੀ, ਕਹਿੰਦੇ ਪਿੱਛੇ ਪੁੱਤ ਤੁਰਿਆ ਆਉਂਦਾ, ਆਪੇ ਮਾਈਆਂ ਨੂੰ ਸਾਂਭ ਲਓ। ਫਿਰ ਮਹਾਰਾਜ ਨੇ ਜਾ ਕੇ ਬਖਸ਼ਿਆ। ਇੱਥੋਂ ਤੱਕ ਨੌਬਤ ਆ ਗਈ ਸੀ ਕਿ ਪਰਿਵਾਰ ਵੀ ਘੇਰੇ ਚ ਆ ਗਿਆ, ਪਰ ਕਹਿੰਦੇ ਨਹੀਂ, ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਆ, ਤਲਵਾਰ ਦੇ ਮੁੱਠੇ ਨੂੰ ਹੱਥ ਨਹੀਂ ਪਾਇਆ। ਏਡੇ ਬਚਨਾਂ ਦੇ ਬਲੀ ਗੁਰੂ ਹਰ ਰਾਏ ਸਾਹਿਬ ਹੋਏ। ਇਹਨਾਂ ਸਤਿਗੁਰਾਂ ਦਾ ਨਿਯਮ ਸੀ, ਆ ਸਿਆਲ ਆ ਕੇ ਉੱਠਣ ਨੂੰ ਕਿਹਦਾ ਜੀ ਕਰਨਾ। ਇਹਨਾਂ ਦਾ ਨਿਯਮ ਸੀ ਕਿ 101 ਗਾਗਰ ਦੇ ਨਾਲ ਇਸ਼ਨਾਨ ਕਰਦੇ ਹਰ ਰੋਜ਼, ਭਾਵੇਂ ਸਰਦੀ
ਭਾਵੇਂ ਗਰਮੀ। ਇਹਨਾਂ ਸਤਿਗੁਰਾਂ ਦੀ ਇੱਕ ਖਾਸੀਅਤ ਸੀ ਕਿ ਇਹ ਕਿਰਪਾਲੂ ਦਿਆਲੂ ਬਹੁਤ ਜ਼ਿਆਦਾ ਸੀ। ਤਰਸ ਇਹਨਾਂ 'ਚ ਕੁੱਟ ਕੁੱਟ ਕੇ ਭਰਿਆ ਸੀ। ਛੇਵੇਂ ਪਾਤਸ਼ਾਹ ਸ਼ਿਕਾਰ ਖੇਡਦੇ ਰਹੇ ਨੇ, ਪਰ ਇਹ ਸ਼ਿਕਾਰ ਖੇਡਣ ਜਾਂਦੇ ਸੀ ਪਰ ਮਾਰਦੇ ਨਹੀਂ ਸੀ ਕਦੀ ਕਿਸੇ। ਉਹਨੂੰ ਫੜ ਕੇ ਲੈ ਆਉਣਾ ਤੇ ਇੱਕ ਇਹਨਾਂ ਨੇ ਰੱਖ ਬਣਾਈ ਸੀ, ਜਿਵੇਂ ਅੰਗਰੇਜ਼ੀ 'ਚ ਜਿਹਨੂੰ ਅੱਜ ਕੱਲ੍ਹ ਸੈਂਚੁਰੀ ਕਹਿ ਦਿੰਦੇ ਨਾ, ਰੱਖ ਬਣਾਈ ਸੀ ਜਿੱਥੇ ਇਹ ਪੰਛੀ ਤੇ ਹੋਰ ਹਿਰਨ ਆਦਿਕ ਲਿਆ ਕੇ ਫੜ ਕੇ ਛੱਡ ਦਿੰਦੇ ਸੀ, ਮਾਰਨ ਨਹੀਂ ਸੀ ਦਿੰਦੇ। ਹੁਕਮ ਸੀ ਇਹਨਾਂ ਦਾ ਵੀ ਕੋਈ ਵੀ ਕਿਸੇ ਜੀਵ ਨੂੰ ਮਾਰ ਨਹੀਂ ਸਕਦਾ, ਏਡੇ ਦਿਆਲੂ ਸੀ, ਏਡੇ ਕਿਰਪਾਲੂ ਸੀ। ਫਿਰ ਇਹਨਾਂ ਦੇ ਅੰਦਰ ਇੰਨਾ ਤਰਸ ਭਰਿਆ ਸੀ, ਰੋਗੀਆਂ ਵਾਸਤੇ ਕੋਹੜ ਦੇ ਰੋਗੀ ਜਾਂ ਕੋਈ ਰੋਗੀ ਉਹਦੇ ਵਾਸਤੇ ਦਵਾਖਾਨੇ ਦਾ ਪ੍ਰਬੰਧ ਕੀਤਾ। ਔਰ ਇੱਕ ਸਾਖੀ ਬੜੀ ਪ੍ਰਸਿੱਧ ਹੈ, ਏਡੇ ਨਿਰਵੈਰ, ਬਾਣੀ ਕਹਿੰਦੀ ਹੈ ਨਿਰਵੈਰੇ ਨਾਲ ਜੇ ਵੈਰ ਰਚਾਏਂਦਾ ਆਪਣੇ ਘਰ ਲੋਕੀ ਲਾਏ। ਜਿਹੜਾ ਬੰਦਾ ਨਿਰਵੈਰ ਬੰਦੇ ਨਾਲ ਵੈਰ ਕਰਦਾ ਉਹ ਆਪਣੇ ਘਰ ਨੂੰ ਆਪ ਚਵਾਤੀ ਲਾਉਂਦਾ ਪਿਆ, ਉਹ ਆਪਦਾ ਘਰ ਆਪ ਫੂਕਦਾ ਪਿਆ, ਰੱਬ ਦੀ ਇਹੋ ਜਿਹੀ ਕਰੋਪੀ ਉਹਦੇ ਤੇ ਹੁੰਦੀ। ਏਡੇ ਨਿਰਵੈਰ ਸੀ ਬਾਦਸ਼ਾਹ ਸ਼ਾਹਜਹਾਨ ਦੇ। ਵੈਸੇ ਜੇ ਬੱਚਿਆਂ ਦੀ ਗੱਲ ਕਰੀਏ ਤੇ ਰਾਣੀ ਮੁਮਤਾਜ ਮਹਿਲ ਤੋਂ ਹੀ 16 ਜੰਮੇ ਸੀ, ਜਿਹਦੇ ਵਿੱਚੋਂ 14 ਮਰ ਗਏ ਸੀ। ਕੱਲੀ ਮੁਮਤਾਜ ਮਹਿਲ ਦੇ ਹੀ 16 ਸੀ ਜਿਹਚੋਂ 14 ਮਰ ਗਏ ਸੀ, ਔਰ ਜਿਹੜੇ ਬਚੇ ਸੀ ਉਹਦੇ ਵਿੱਚੋਂ ਇਤਿਹਾਸ ਕਹਿੰਦਾ ਹੈ ਕਿ 3-4 ਲੜਕੀਆਂ ਤੇ ਜਿਹੜੇ ਲੜਕੇ ਸੀ ਉਹਨਾਂ ਦੇ ਵਿੱਚੋਂ ਇੱਕ ਸੀ ਸਭ ਤੋਂ ਵੱਡਾ ਦਾਰਾ ਸ਼ਿਕੋ, ਜਿਹਨੂੰ ਸੰਤ ਵੀ ਕਿਹਾ ਜਾਂਦਾ, ਸੰਤ ਬੰਦਾ ਸਾਧੂ ਲੋਕ ਸੀ, ਹੈ ਬਾਦਸ਼ਾਹ ਦਾ ਸ਼ਹਿਜ਼ਾਦਾ। ਦੂਸਰਾ ਸੀ ਸ਼ਾਹ ਸੁਜਾ, ਔਰ ਇੱਕ ਸੀ ਜਿਹਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਔਰੰਗਜ਼ੇਬ, ਔਰ ਇੱਕ ਸੀ ਮੁਰਾਦ ਬਖਸ਼। ਤੇ 3-4 ਲੜਕੀਆਂ ਜਿਹੜੀਆਂ ਬੱਚੀਆਂ ਨੇ, ਜਿਹਨਾਂ ਵਿੱਚ ਇੱਕ ਜਹਾਨ ਆਰਾ ਤੇ ਬੜੀ ਪ੍ਰਸਿੱਧ ਹੋਈ ਹੈ ਨਾ ਔਰੰਗਜ਼ੇਬ ਦੀ ਭੈਣ, ਜਿਹੜੀ ਸਾਰੀ CID ਦਿੰਦੀ ਰਹੀ ਵੀ ਹੁਣ ਤੇਰਾ ਪਿਤਾ ਬਿਮਾਰ ਆ, ਹੁਣ ਇੱਥੇ ਆ, ਜਿਹਦੇ ਕਰਕੇ ਉਹ ਤਖ਼ਤ ਦਾ ਮਾਲਕ ਬਣਿਆ। ਇਹ ਇਹਦੇ ਪਰਿਵਾਰ ਦੇ ਮੈਂਬਰਾਂ ਵਿੱਚੋਂ ਜਿਹੜਾ ਦਾਰਾ ਸੀ, ਇਹ ਸੂਫੀ ਬੰਦਾ ਸੀ, ਫਕੀਰ ਬੰਦਾ ਸੀ, ਔਰ ਗੁਰੂ ਹਰਿਰਾਏ ਸਾਹਿਬ ਕਈ ਵਾਰੀ ਹੱਸਦੇ ਵੀ ਸੀ ਵੀ ਏਡਾ ਵੱਡਾ ਸਾਧ ਹੋ ਕੇ ਜੰਮ ਕਿੱਦਾਂ ਪਿਆ ਮੁਗਲਾਂ ਦਾ, ਇਹ ਸ਼ਾਹਜਹਾਨ ਦੇ ਘਰ ਕਿੱਦਾਂ ਜੰਮ ਪਿਆ ਸੰਤ ਬੰਦਾ ਹੋ ਕੇ, ਇਹ ਤੇ ਸੰਤਾਂ ਦੇ ਚਾਹੀਦੇ। ਬੜੇ ਬੜੇ ਉਹਨੇ ਗ੍ਰੰਥਾਂ ਦੇ ਉਲੱਥੇ ਕੀਤੇ, ਕਵੀ ਸੀ ਬੜਾ ਵੱਡਾ। ਬਾਦਸ਼ਾਹ ਸ਼ਾਹਜਹਾਨ ਆਪਣੇ 4 ਪੁੱਤਰਾਂ ਦੇ ਵਿੱਚੋਂ ਦਾਰਾ ਦਾ ਪ੍ਰੇਮ ਬਹੁਤ ਕਰਦਾ ਸੀ ਤੇ ਲੋਕ ਵੀ ਉਹਦੀ ਬੜੀ ਸਿਫਤ ਕਰਦੇ ਸੀ, ਲੋਕ ਉਹਨੂੰ ਚਾਹੁੰਦੇ ਸੀ। ਔਰੰਗਜ਼ੇਬ ਨੂੰ ਪਤਾ ਲੱਗਾ, ਉਹਨੇ ਸ਼ੇਰ ਦੀ ਮੁੱਛ ਦੇ ਵਾਲ ਕਤਰ ਕੇ ਚੌਲ 'ਚ ਪਾ ਕੇ ਖਵਾ ਦਿੱਤੇ, ਜਿਹਦਾ ਇਲਾਜ ਕੋਈ ਨਹੀਂ, ਦਾਰਾ ਬਿਮਾਰ ਹੋ ਗਿਆ। ਦੇਖ ਲਓ ਰਾਜਨੀਤੀ ਕਿੱਦਾਂ ਦੀ ਸ਼ੈ ਹੁੰਦੀ ਹੈ, ਭਰਾ ਹੀ ਸੀ
ਰਾਜਨੀਤੀ ਕਿੱਦਾਂ ਦੀ ਹੁੰਦੀ ਹੈ, ਸਰੀਕਾ ਕਿੱਦਾਂ ਦਾ ਹੁੰਦਾ, ਭਰਾ ਹੀ ਹੁੰਦੇ, ਇੱਕ ਲਹੂ ਹੀ ਹੁੰਦਾ। ਹੁਣ ਉਹ ਬਿਮਾਰ ਰਹਿਣ ਲੱਗ ਪਿਆ, ਗੁਰੂ ਦਾ ਘਰ ਦੇਖੋ ਕਿੱਡਾ ਨਿਰਵੈਰ, ਜਿਹੜੇ ਸਾਰੀ ਉਮਰ ਚੜ੍ਹ ਕੇ ਆਉਂਦੇ ਰਹੇ ਪੰਜਵੇਂ ਪਾਤਸ਼ਾਹ ਨੂੰ, ਜਿਸ ਘਰ ਨੇ ਸ਼ਹੀਦ ਕੀਤਾ, ਅਖੀਰ ਛੇਵੇਂ ਪਾਤਸ਼ਾਹ ਦੇ ਨਾਲ ਕਿੱਡੇ ਵੱਡੇ ਯੁੱਧ ਹੋਏ, ਪਰ ਦੇਖੋ ਗੁਰੂ ਦਾ ਘਰ ਨਿਰਵੈਰ ਹੋ। ਐਵੇਂ ਪੜ੍ਹੀ ਜਾਣਾ ਨਾਨਕ ਨਾਮ ਚੜ੍ਹਦੀ ਕਲਾ, ਗੱਲੀ ਬਾਤੀ ਹੈ, ਪਰ ਜਦੋਂ ਕਿਸੇ ਦੀ ਮੱਤ ਕਰੀਏ ਫੇਰ ਹੀ ਮੰਨਾਂਗੇ ਵੀ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਤਾਂ ਅਖਾਣ ਹੀ ਇੱਕ ਬਣ ਕੇ ਰਹਿ ਗਿਆ ਨਾ, ਭਲਾ ਤੇ ਅਸੀਂ ਆਪਦੇ ਭਰਾ ਦਾ ਨਹੀਂ ਕਰ ਸਕਦੇ, ਤੇ ਸਾਰਿਆਂ ਦਾ ਕੀ ਕਰਨਾ ਅਸੀਂ। ਅਖੀਰ ਬਿਮਾਰ ਹੋਇਆ, ਔਰ ਵੈਦਾਂ ਨੇ ਆਖਿਆ ਕਿ 14 ਸਿਰਸਾਹੀ ਦੀ ਹਰੜ ਚਾਹੀਦੀ ਔਰ ਇੱਕ ਮਾਸੇ ਦਾ ਲੌਂਗ ਚਾਹੀਦਾ, ਜੇ ਮਿਲ ਜੇ ਤੇ ਬਾਜੂਗਾ, ਨਹੀਂ ਤੇ ਨਹੀਂ। ਜਿੱਥੋਂ ਪੈਦਾ ਵੀ ਹੁੰਦੇ ਸੀ ਉੱਥੋਂ ਵੀ ਪਤਾ ਕਰ ਲਿਆ ਲੱਭੇ ਦਾ, ਅਖੀਰ ਪਤਾ ਲੱਗਾ ਕਿ ਗੁਰੂ ਹਰ ਰਾਏ ਸਾਹਿਬ ਦੇ ਦਵਾਖਾਨੇ ਵਿੱਚ ਮਹਾਰਾਜ ਨੂੰ ਪਤਾ ਲੱਗਾ, ਹੱਸ ਕੇ ਦੇ ਦਿੱਤਾ। ਇਹਨੂੰ ਕਹਿੰਦੇ ਨਿਰਵੈ, ਇਹਨੂੰ ਕਹਿੰਦੇ ਨੇ ਨਿਰਵੈ। ਦਾਰਾ ਗੁਰੂ ਹਰ ਰਾਏ ਸਾਹਿਬ ਦਾ ਸਿੱਖ ਬਣਿਆ, ਸਾਧਕ ਬਣਿਆ। ਮਹਾਰਾਜ ਨੇ ਉਹਦੀ ਬੜੀ ਮੱਤ ਕੀਤੀ। ਮਹਾਰਾਜ ਨੇ ਇੱਕ ਵਾਰੀ ਕਹਿ ਵੀ ਦਿੱਤਾ, ਕਹਿੰਦੇ ਦੁਨੀਆਂ ਦਾ ਰਾਜ ਕੋਈ ਬਹੁਤਾ ਵੱਡਾ ਨਹੀਂ ਦਾਰਾ, ਰੱਬ ਦੇ ਘਰ ਦਾ ਰਾਜ ਬੜਾ ਵੱਡਾ। ਕਿ ਉਹਨਾਂ ਨੂੰ ਪਤਾ ਸੀ ਵੀ ਇਹਨੇ ਕਤਲ ਹੋ ਜਾਣਾ, ਇਹਨੇ ਰਹਿਣਾ ਨਹੀਂ। ਔਰੰਗਜ਼ੇਬ ਨੇ ਬਾਅਦ ਚ ਉਹਨੂੰ ਫੜ ਕੇ ਕਤਲ ਕੀਤਾ ਤੇ ਆਸ ਲੰਮਾ, ਪਰ ਉਹ ਸੂਫੀ ਸੰਤ ਬ੍ਰਹਮ ਗਿਆਨੀ ਉਹਨੂੰ ਮੰਨਿਆ ਜਾਂਦਾ, ਬਾਦਸ਼ਾਹ ਦੇ ਘਰ ਜਾਂਦਾ। ਰਹੋ ਵਿਚਾਰ, ਧੰਨ ਗੁਰੂ ਹਰ ਰਾਏ ਸਾਹਿਬ ਏਡੇ ਦਿਆਲੂ ਸੀ, ਜੀਵ ਨੂੰ ਫੜ ਲੈਣਾ ਪਰ ਇੱਕ ਰੱਖ ਬਣਾਈ ਸੀ ਉਹਦੇ ਵਿੱਚ ਲਿਆ ਕੇ ਛੱਡ ਦੇਣਾ। ਏਡੇ ਕਿਰਪਾਲੂ ਸੀ ਕਿ ਇੱਕ ਦਵਾਖਾਨਾ ਖੋਲਿਆ ਸੀ, ਔਰ ਏਡੇ ਵੱਡੇ ਤਰਸ ਕਰਨ ਵਾਲੇ ਸੀ ਕਿ ਹਿੰਦੁਸਤਾਨ ਵਿੱਚ ਕਾਲ ਪਿਆ ਸ਼ਾਹਜਹਾਨ ਵੇਲੇ, ਸਤਿਗੁਰੂ ਨੇ ਦਸਵੰਧ ਇਕੱਠਾ ਕਰ ਕਰਕੇ ਸੰਗਤਾਂ ਨੂੰ ਕਿਹਾ ਕਿ ਲੰਗਰ ਲਾ, ਲੋਕ ਰੋਟੀ ਤੋਂ ਆਤਰ ਸੀ। ਐਸੇ ਗੁਰੂ ਹਰ ਰਾਏ ਸਾਹਿਬ ਗਰੀਬਨ ਵਾਰ, ਉਹਨਾਂ ਦਾ ਇੱਕ ਸੁਭਾਅ ਹੋਰ ਵੀ ਬੜਾ ਸੀ, ਉਹ ਇਹ ਕਿ ਉਹ ਗੁਰਬਾਣੀ ਦਾ ਭੈ ਬਹੁਤ ਰੱਖਦੇ ਸੀ, ਅਦਬ ਬਹੁਤ ਕਰਦੇ ਸੀ। ਜਿਵੇਂ ਸਿੰਘ ਸਾਹਿਬ ਜੀ ਸੁਣਾ ਕੇ ਗਏ ਨਾ ਵੀ ਗੁਰੂ ਦਾ ਭੈ ਨਹੀਂ, ਭਾਈ ਮਰਦਾਨੇ ਨੇ ਲੁਕੋ ਕੇ ਰੱਖ ਲਈਆਂ ਵੀ ਕਿਹੜਾ ਪਤਾ ਲੱਗਦਾ। ਗੁਰੂ ਹਰ ਰਾਏ ਸਾਹਿਬ ਦੀ ਇੱਕ ਖਾਸੀਅਤ ਸੀ ਕਿ ਉਹ ਗੁਰਬਾਣੀ ਦਾ ਭੈ ਬਹੁਤ ਮੰਨਦੇ ਸੀ। ਇੱਕ ਵਾਰ ਦੀ ਗੱਲ ਹੈ, ਇਤਿਹਾਸ ਕਹਿੰਦਾ ਹੈ ਕਿ ਦੋ ਸਿੱਖ ਬੜੀ ਮਿੱਠੀ ਬਾਣੀ ਪੜ੍ਹਦੇ ਸੀ, ਬੜਾ ਸੋਹਣਾ ਰਾਗ ਅਲਾਪਦੇ ਸੀ, ਪਰ ਜਦੋਂ ਉਹ ਆਏ ਉਦੋਂ ਗੁਰੂ ਹਰ ਰਾਏ ਸਾਹਿਬ ਦੇ ਆਰਾਮ ਕਰਨ ਦਾ ਵਕਤ ਸੀ, ਪਲੰਘੇ ਤੇ ਬਰਾਜੇ। ਅੱਜ ਕੱਲ੍ਹ ਤੇ ਏਡੀ ਦੁਰਦਸ਼ਾ ਹੋਈ ਪਈ ਹੈ, ਕਈ ਬੰਦੇ ਜਾਣ ਬੁੱਝ ਕੇ ਪੈਰਾਂ 'ਚ ਜੁੱਤੀ ਪਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ, ਜਾਣ ਬੁੱਝ ਕੇ ਵੀ ਇਹ ਗੁਰੂ ਨੂੰ ਭੋਗ ਲੱਗਣਾ ਹੈ, ਸੰਗਤ 'ਚ ਵਰਤਣਾ ਵਾ, ਵੀ ਕੋਈ ਅਦਬ ਕਰ, ਬਹੁਤੀ ਗੱਲ ਆ, ਖੜਾਵਾਂ ਪਾ ਲਓ ਲੱਕੜ ਦੀਆਂ, ਜੇ ਠੰਡ ਆ, ਬਰਫ਼ ਆ, ਕੀ ਗਰਮੀ।
ਔਰ ਕਈ ਬੰਦੇ ਇਹੋ ਜਿਹੇ ਵੀ ਨੇ ਜਿਹੜੇ ਜਾਣ ਬੁੱਝ ਕੇ ਪੈਰਾਂ 'ਚ ਜੁੱਤੀ ਪਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣ, ਪਰ ਗੁਰੂ ਹਰਿਰਾਏ ਸਾਹਿਬ ਦੇ ਮਨ 'ਚ ਕਿੰਨਾ ਅਦਬ ਸੀ ਮਹਾਰਾਜ ਦਾ। ਆਰਾਮ ਦਾ ਵਕਤ ਬਰਾਜੇ ਪਏ ਨੇ, ਉਹ ਸਿੱਖਾਂ ਨੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਜਦੋਂ ਉੱਚੀ ਮਿੱਠੀ ਸੁਰੀਲੀ ਆਵਾਜ਼ 'ਚ ਰਾਗ ਦੇ ਵਿੱਚ ਪਾ ਕੇ ਗਾਈ, ਪਹਿਲਾਂ ਮਨ ਦੇ ਵਿੱਚ ਆਇਆ ਕਿਤੇ ਨਾਰਾਜ਼ ਹੀ ਨਾ ਹੋ, ਬਰਾਜੇ ਪਏ। ਫਿਰ ਮਨ 'ਚ ਆਇਆ ਨਹੀਂ ਇਹ ਰੱਬ ਦਾ ਰੂਪ ਨੇ, ਜੇ ਸਾਡੇ ਗੁਰੂ ਨੇ ਤੇ ਗੁਰੂ ਬਾਣੀ ਤੋਂ ਨਾਰਾਜ਼ ਨਹੀਂ ਹੋ ਸਕਦਾ ਕੋਈ ਟਾਈਮ ਹੋਵੇ। ਇਹ ਸੋਚ ਕੇ ਗਾਉਣ ਲੱਗੇ, ਗੁਰੂ ਹਰਿਰਾਏ ਸਾਹਿਬ ਕਹਿੰਦੇ ਹੜਬੜਾਏ, ਇੱਕੇ ਦਮ ਹੀ ਉੱਠੇ ਜਦੋਂ ਕੰਨਾਂ 'ਚ ਸ਼ਬਦ ਪਿਆ। ਉੱਠਦਿਆਂ ਮਹਾਰਾਜ ਦਾ ਜਿਹੜਾ ਗੋਡਾ ਸੀ ਉਹ ਬਾਈ ਦੇ ਨਾਲ ਵੱਜ ਗਿਆ, ਸੱਟ ਲੱਗ ਗਈ ਗੋਡੇ ਤੇ ਬਹੁਤ ਜ਼ਿਆਦਾ, ਖੂਨ ਨਿਕਲਣ ਲੱਗ ਪਿਆ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਿੱਖ ਸਮਝ ਗਏ ਵੀ ਸ਼ਬਦ ਸੁਣਿਆ ਆਵਾਜ਼ ਆਈ। ਸਿੱਖਾਂ ਨੇ ਆਖਿਆ ਸੱਚੇ ਪਾਤਸ਼ਾਹ ਤੂੰ ਤੇ ਗੁਰੂ ਆ, ਤੇਰੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਬੋਲ ਸ਼ਬਦ ਬਣਦੇ ਨੇ, ਬਾਣੀ ਬਣਦੀ ਹੈ, ਭਾਵ ਤੁਸੀਂ ਬਾਣੀ ਨਾਲੋਂ ਵੱਡੇ, ਤੁਹਾਡੇ ਮੂੰਹ ਚੋਂ ਨਿਕਲੇ ਸ਼ਬਦੀ ਤੇ ਬਾਣੀ ਆ ਨਾ, ਤੇ ਤੁਹਾਨੂੰ ਕੀ ਲੋੜ ਪਈ ਸੀ ਇੰਨੀ ਕਾਹਲੀ ਨਾਲ ਉੱਠਣ ਦੀ। ਉੱਥੇ ਗੁਰੂ ਹਰਿਰਾਏ ਸਾਹਿਬ ਨੇ ਜਿਹੜਾ ਬਚਨ ਕੀਤਾ, ਕਹਿਣ ਲੱਗੇ ਸਿੱਖੋ ਜੋ ਗੁਰ ਭਗਤ ਸੋ ਸਿੱਖ ਹੈ ਮੇਰਾ, ਜਿਹੜਾ ਗੁਰੂ ਦਾ ਭਗਤ ਹੈ ਗੁਰੂ ਦਾ ਸਿੱਖ ਹੈ, ਆਪਣੇ ਆਪ ਨੂੰ ਜਿਹੜਾ ਸਿੱਖ ਮੰਨਦਾ, ਗੁਰਬਾਣੀ ਭੈ ਤਿਸੈ ਕਨੇਰਾ, ਜੇ ਤੇ ਉਹ ਗੁਰਬਾਣੀ ਦਾ ਭੈ ਕਰਦਾ ਬਹੁਤ ਜ਼ਿਆਦਾ ਫਿਰ ਤੇ ਉਹ ਸਿੱਖ ਹੈ, ਫਿਰ ਤੇ ਸਾਡਾ ਭਗਤ। ਤੇ ਤੁਸੀਂ ਹੁਣ ਮੈਨੂੰ ਦੱਸ ਦਿਓ ਵੀ ਕਿਹੜਾ ਭੈ ਕਰਦਾ। ਇੱਥੇ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਰਾਜਨੀਤੀ ਹੁੰਦੀ, ਇੱਥੇ ਤੇ ਗੁਰੂ ਦੀ ਬੇਅਦਬੀ ਦੇ ਨਾਂ ਤੇ ਵੀ ਵੋਟਾਂ ਬਣਦੀਆਂ ਨੇ। ਜਿਹੜਾ ਸਿੱਖ ਹੈ ਉਹ ਗੁਰਬਾਣੀ ਦਾ ਭੈ ਕਰੇ, ਡਰ ਮੰਨੇ। ਜਿਨ ਭੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ, ਇਹ ਬੜੇ ਪ੍ਰਸਿੱਧ ਬੋਲ ਨੇ, ਜਾਨੋ ਸੋ ਸਿੱਖ ਨਹੀਂ ਅਮਾਰ। ਜਿਹੜਾ ਗੁਰਬਾਣੀ ਦਾ ਅਦਬ ਨਹੀਂ ਨਾ ਕਰਦਾ ਗੁਰੂ ਗ੍ਰੰਥ ਸਾਹਿਬ ਦਾ, ਉਹਨੂੰ ਸਿੱਖ ਨਾ ਮੰਨਿਓ ਕਦੇ। ਅੱਜ ਸਾਡੇ ਵਿਦਵਾਨ, ਕਹਿਣਾ ਨਹੀਂ ਚਾਹੀਦਾ ਸਾਡੇ, ਪਰ ਸਿੱਖਾਂ 'ਚ ਜੰਮ ਕੇ ਕਹਿ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਦੀ ਦੇਹ ਨਹੀਂ ਮੰਨਣ ਦੀ ਲੋੜ, ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਵਾਉਣ ਦੀ ਲੋੜ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਸਰਦੀ ਗਰਮੀ ਅਨੁਸਾਰ ਰੁਮਾਲੇ ਪਾਉਣ ਦੀ ਲੋੜ। ਪਰ ਗੁਰੂ ਹਰਿਰਾਏ ਸਾਹਿਬ ਕੀ ਕਹਿੰਦੇ ਨੇ, ਜਿਨ ਭੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ, ਉਹਨੂੰ ਸਿੱਖ ਨਹੀਂ ਮੰਨਣਾ। ਤੇ ਮਹਾਰਾਜ ਨੂੰ ਪੁੱਛਿਆ, ਮਹਾਰਾਜ ਗੁਰਬਾਣੀ ਦਾ ਭੈ ਅਦਬ ਸਤਿਕਾਰ ਰੱਖਣ ਦਾ ਫਲ ਕੀ ਆ? ਮਹਾਰਾਜ ਕਹਿਣ ਲੱਗੇ ਜੋ ਸਿੱਖ ਗੁਰਬਾਣੀ ਭੈ ਕਰੇ, ਜਿਹੜਾ ਗੁਰਬਾਣੀ ਦਾ ਡਰ ਮੰਨੂਗਾ ਕਿ ਇਹ ਗੁਰਬਾਣੀ ਗੁਰੂ ਦਾ ਰੂਪ, ਇਹ ਗੁਰੂ, ਉਹ ਸਿੱਖ ਬਿਨ ਪ੍ਰਿਆਸ ਭਵ ਸਾਗਰ ਤਰੇ
ਉਹਨੂੰ ਮਿਹਨਤ ਕਰਨ ਦੀ ਲੋੜ ਨਹੀਂ। ਉਹ ਭਾਵੇਂ ਸਾਰੀ ਉਮਰ ਕੱਖ ਨਾ ਕਰੇ, ਇੱਕ ਪਾਠ ਨਾ ਕਰੇ ਸਾਰੀ ਉਮਰ, ਕਿਤੇ ਬਣਾ ਜਾਵੇ, ਸਿਰਫ ਗੁਰਬਾਣੀ ਦਾ ਭੈ ਕਰੀ ਜਾਵੇ। ਮਹਾਰਾਜ ਕਹਿੰਦੇ ਬਿਨਾਂ ਯਤਨ ਤੋਂ ਉਹ ਦੁਨੀਆਂ ਰੂਪ ਸਮੁੰਦਰ ਤਰੂਗਾ, ਬਿਨਾਂ ਯਤਨ ਤੋਂ ਸੱਚਖੰਡ ਦੇ ਵਿੱਚ ਪਹੁੰਚੇ। ਗੁਰਬਾਣੀ ਮਹਿਮਾ ਮਹੀਆਨੇ ਜੇ ਮਰਿਆਦਾ ਹਮਨੇ ਠਾਨਾ। ਗੁਰਬਾਣੀ ਕਹਿੰਦੇ ਤੁਸੀਂ ਕਹਿੰਦੇ ਮੇਰੇ ਤੋਂ ਵੱਡੀ ਨਹੀਂ, ਇਹ ਤੇ ਵੱਡਿਆਂ ਤੋਂ ਵੀ ਵੱਡੀ, ਮੈਂ ਤੇ ਕੁਝ ਵੀ ਨਹੀਂ, ਤੇ ਜੇ ਮੈਂ ਹੀ ਨਾ ਭੈ ਕਰੂੰਗਾ ਤੇ ਤੁਸੀਂ ਕੀ ਗੁਰਬਾਣੀ ਦਾ ਭੈ ਕਰੋਗੇ। ਧੰਨ ਗੁਰੂ ਹਰ ਰਾਏ ਸਾਹਿਬ ਦੀ ਇਹ ਸਿਫਤ ਆ, ਉਹਨਾਂ ਦੇ ਬਚਨ ਬੜੇ ਪ੍ਰਸਿੱਧ ਮੇਰੇ ਮਨ ਨੂੰ ਬੜੇ ਲੱਗਦੇ ਨੇ। ਉਹ ਕਹਿੰਦੇ ਬਿਨ ਭੈ ਭਗਤ ਨਾ ਪ੍ਰਾਪਤ ਹੋਏ, ਰੱਬ ਦੇ ਭੈ ਤੋਂ ਬਿਨਾਂ ਕਹਿੰਦੇ ਭਗਤੀ ਕਿਸੇ ਨੂੰ ਨਹੀਂ ਮਿਲੀ। ਆ ਬੜੇ ਸੱਜਣ ਨੇ ਜਿਹੜੇ ਬੜੇ ਚੰਗੇ ਨੇ ਮਾਈ ਭਾਈ, ਕਈ ਕਹਿਣਗੇ ਸਾਡਾ ਮਨ ਨਹੀਂ ਜੁੜਦਾ, ਕਈ ਕਹਿਣਗੇ ਅਸੀਂ ਬਾਣੀ ਪੜ੍ਹਦੇ ਸਾਡਾ ਮਨ ਕਿਤੇ ਤੁਰਿਆ ਫਿਰਦਾ। ਮਹਾਰਾਜ ਕਹਿੰਦੇ ਜਿਹਦੇ ਅੰਦਰ ਭੈ ਨਹੀਂ ਉਹਦਾ ਮਨ ਨਹੀਂ ਕਦੀ ਜੁੜੂ, ਉਹਨੂੰ ਕਦੀ ਭਗਤੀ ਦੀ ਦਾਤ ਪ੍ਰਾਪਤ ਨਹੀਂ ਹੋਊਗੀ। ਭਗਤੀ ਉਹਨੂੰ ਮਿਲੂਗੀ ਜਿਹੜਾ ਗੁਰੂ ਦਾ ਭੈ ਰੱਖੂ, ਰੱਬ ਦਾ ਭੈ ਰੱਖੂ। ਸਤਿਗੁਰੂ ਜੀ ਦੇ ਪਵਿੱਤਰ ਬਚਨ ਦੂਸਰੀ ਗੱਲ ਕਰਾਂ, ਇੱਕ ਆਮ ਬੜਾ ਸਵਾਲ ਕੀਤਾ ਜਾਂਦਾ ਹੈ ਵੀ ਜਿਹੜੇ ਬੰਦੇ ਨੂੰ ਗੁਰਬਾਣੀ ਦੇ ਅਰਥਾਂ ਦਾ ਹੀ ਨਹੀਂ ਪਤਾ, ਉਹਨੂੰ ਗੁਰਬਾਣੀ ਪੜ੍ਹਨ ਦਾ ਕੀ ਫਲ ਆ। ਇਹ ਸਵਾਲ ਕਰਦੇ ਕਿ ਨਹੀਂ ਪੜ੍ਹੇ ਲਿਖੇ ਸੱਜਣ ਜਿਨ੍ਹਾਂ ਨੇ 10-12 ਕਲਾਸਾਂ ਸਕੂਲ ਦੀਆਂ ਕੀਤੀਆਂ ਨੇ ਜਾਂ BA MA ਕਰਦੇ ਨੇ, ਉਹ ਪਤਾ ਕੀ ਕਹਿੰਦੇ ਵੀ ਜੇ ਗੁਰਬਾਣੀ ਦੀ ਸਮਝ ਹੀ ਨਹੀਂ ਆਉਂਦੀ ਤੇ ਬਾਣੀ ਪੜ੍ਹਦਾ ਫਲ ਕੀ ਆ। ਗੁਰੂ ਹਰਿਰਾਏ ਸਾਹਿਬ ਵੇਲੇ ਸਵਾਲ ਹੋਇਆ ਸਾਧ ਸੰਗਤ ਜੀ, ਇਹ ਸਵਾਲ ਵੀ ਮਹਾਰਾਜ ਬਾਣੀ ਪੜ੍ਹਨ ਦਾ ਕੀ ਫਾਇਦਾ ਜਦੋਂ ਸਾਨੂੰ ਸਮਝ ਹੀ ਨਹੀਂ ਆਉਂਦੀ, ਕੋਈ ਇੱਕ ਅੱਧਾ ਅੱਖਰ ਸਮਝ ਪੈ ਜਾਂਦਾ, ਨਹੀਂ ਤੇ ਪੈਂਦਾ ਹੀ ਨਹੀਂ। ਮਹਾਰਾਜ ਸੈਰ ਕਰਦੇ ਪਏ ਸੀ ਜਦੋਂ ਇਹ ਪ੍ਰਸ਼ਨ ਹੋਇਆ, ਸੈਰ ਕਰਦੇ ਪਏ ਸਾਹਮਣੇ ਇੱਕ ਥੇ, ਉਹਦੇ ਉੱਤੇ ਇੱਕ ਠੀਕਰਾ ਪਿਆ, ਧੁੱਪ ਉੱਤੇ ਪੈਂਦੀ ਹੈ ਤੇ ਉਹ ਲਿਸ਼ਕਦਾ ਪਿਆ। ਮਹਾਰਾਜ ਕਹਿੰਦੇ ਉਹ ਠੀਕਰਾ ਚੁੱਕੇ ਲਿਆ, ਚੁੱਕੇ ਲਿਆਂਦਾ, ਕਹਿੰਦੇ ਦੇਖੋ ਇਹਦੇ ਚ ਕੀ ਪੈਂਦਾ ਸੀ, ਹੁਣ ਤੇ ਚਲੋ ਟੁੱਟ ਗਿਆ। ਮਹਾਰਾਜ ਸਿੱਖ ਕਹਿਣ ਲੱਗੇ ਮਹਾਰਾਜ ਇਹ ਚ ਘਿਓ ਪੈਂਦਾ ਰਿਹਾ, ਕਹਿੰਦੇ ਘਿਓ ਤੇ ਨਹੀਂ ਆ ਇਹਦੇ ਵਿੱਚ ਪਰ ਘਿਓ ਪੈਣ ਕਰਕੇ ਇਹਦੇ ਚ ਘਿਓ ਦੀ ਨਮੀ ਰਹਿ ਗਈ। ਹੁਣ ਜਦੋਂ ਇਹਦੇ ਤੇ ਧੁੱਪ ਪਈ ਹੈ ਤੇ ਉਹ ਨਮੀ ਇਹਦੇ ਵਿੱਚੋਂ ਲਿਸ਼ਕਦੀ, ਜਿਹਨੂੰ ਆਪਾਂ ਥੰਧਿਆਈ ਕਹਿ ਦਿੰਦੇ। ਇਸੇ ਤਰ੍ਹਾਂ ਕਹਿੰਦੇ ਤੁਸੀਂ ਸਵਾਲ ਕੀਤਾ ਸੀ ਵੀ ਬਾਣੀ ਜੇ ਸਮਝ ਨਹੀਂ ਆਉਂਦੀ ਤੇ ਪੜ੍ਹਨ ਦਾ ਕੀ ਫਾਇਦਾ, ਅੱਜ ਕਲਾਮ ਹੀ ਪ੍ਰਸ਼ਨ ਹੁੰਦਾ। ਮਹਾਰਾਜ ਕਹਿੰਦੇ ਜਿਹੜਾ ਰੋਜ਼ ਬਾਣੀ ਪੜ੍ਹੂਗਾ ਭਾਵੇਂ ਸਮਝ ਆਵੇ ਭਾਵੇਂ ਨਾ, ਉਹਦੇ ਵਿੱਚ ਗੁਰਬਾਣੀ ਦੀ ਥੰਧਿਆਈ ਰਵੇਗੀ, ਅਸਰ ਰਵੇਗਾ, ਤੇ ਜਿੱਦਣ ਦੁੱਖਾਂ ਰੂਪੀ ਜਾਂ ਮੌਤ ਰੂਪੀ ਸੂਰਜ ਚਮਕੇਗਾ ਉਦਣ ਇਹਦੀ ਰੋਸ਼ਨੀ ਇਹਦੇ ਵਿੱਚੋਂ ਪੈਦਾ ਹੋਊਗੀ ਤੇ ਇਹਦਾ ਬਚਾਅ ਹੋਊ, ਇਹ ਦੁੱਖਾਂ ਤੋਂ ਬਚੂਗਾ।
ਇਹ ਮੌਤ ਦੇ ਦੁੱਖਾਂ ਤੋਂ ਵੀ ਬਚੂਗਾ, ਜਮਾਂ ਦੇ ਦੁੱਖਾਂ ਤੋਂ ਵੀ ਬਚੂਗਾ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਨੇ ਕਿਹਾ, ਤੈਸੇ ਗੁਰਬਾਣੀ ਕੋ ਪੜ੍ਹੇ ਅੰਤਕਾਲ ਊਚ ਪਦ ਖੜੇ। ਕਹਿੰਦੇ ਅੰਤਕਾਲ ਬੜੀ ਵੱਡੀ ਪਦਵੀ ਮਿਲੂਗੀ ਉਹਨੂੰ ਜਿਹੜਾ ਰੋਜ਼ ਗੁਰਬਾਣੀ ਪੜੂਗਾ, ਭਾਵੇਂ ਸਮਝ ਆਵੇ ਭਾਵੇਂ ਨਾ। ਧੰਨ ਗੁਰੂ ਹਰਿਰਾਏ ਸਾਹਿਬ ਦੀ ਜ਼ਿੰਦਗੀ ਦਾ ਇੱਕ ਗੁਣ ਤੁਹਾਨੂੰ ਦੱਸਾਂ, ਬਾਕੀ ਭਾਵੇਂ ਨਹੀਂ ਵੀ ਸਿੱਖਣਾ, ਬਸ ਇੱਕ ਚੀਜ਼ ਗੁਰਬਾਣੀ ਦਾ, ਗੁਰਬਾਣੀ ਦਾ ਅਦਬ। ਇਸੇ ਗੁਰਬਾਣੀ ਦੇ ਅਦਬ ਕਰਕੇ ਹੀ ਉਹਨਾਂ ਆਪਣੇ ਵੱਡੇ ਲੜਕੇ ਬਾਬੇ ਰਾਮ ਰਾਏ ਦਾ ਤਿਆਗ ਕਰ ਦਿੱਤਾ। ਜਦੋਂ ਬਾਦਸ਼ਾਹ ਔਰੰਗਜ਼ੇਬ ਤਖ਼ਤ ਤੇ ਕਾਬਜ਼ ਹੋ ਗਿਆ, ਆਪਣੇ ਭਰਾਵਾਂ ਨੂੰ ਕਤਲ ਕਰਕੇ ਆਪਣੇ ਪਿਓ ਨੂੰ ਕੈਦ ਚ ਪਾ ਕੇ, ਉਹਨੂੰ ਪਤਾ ਲੱਗਾ ਕਿ ਸਿੱਖਾਂ ਦੇ ਸੱਤਵੇਂ ਗੁਰੂ ਗੁਰੂ ਹਰਿਰਾਏ ਸਾਹਿਬ ਨੇ, ਜਿਹਦੇ ਨਾਲ ਮੇਰੀ ਸਭ ਤੋਂ ਵੱਧ ਨਫ਼ਰਤ ਦਾ ਦਾਰਾ ਛਕੋ, ਉਹਦੀ ਉਹ ਮਤ ਕਰਦਾ ਰਿਹਾ। ਉਹਨੇ ਹੁਕਮ ਜਾਰੀ ਕੀਤਾ ਕਿ ਗੁਰੂ ਹਰਿਰਾਏ ਸਾਹਿਬ ਆਣ ਕੇ ਬਿਆਨ ਦੇਵੇ ਕਚਹਿਰੀ ਵਿੱਚ, ਆਪਣਾ ਪੱਖ ਸਪਸ਼ਟ ਕਰੇ। ਗੁਰੂ ਹਰਿਰਾਏ ਸਾਹਿਬ, ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤਾਨ, ਇਸ ਅਵਸਥਾ ਦੇ ਮਾਲਕ ਗੁਰੂ ਹਰਿਰਾਏ ਸਾਹਿਬ। ਉਹਨਾਂ ਨੇ ਜਵਾਬ ਦੇਤਾ, ਉਹ ਕਹਿੰਦੇ ਸਾਨੂੰ ਨੀ ਕਿਸੇ ਬਾਦਸ਼ਾਹ ਦੀ ਪਰਵਾਹ, ਏਡੇ ਨਿਡਰ ਸੀ। ਦੋ ਗੱਲਾਂ ਲਿਖੀਆਂ ਪ੍ਰਿੰਸੀਪਲ ਸਤਬੀਰ ਸਿੰਘ ਨੇ ਉਹਨਾਂ ਦੇ ਜੀਵਨ ਨੂੰ, ਹੈਡਿੰਗ ਪਤਾ ਕੀ ਦਿੱਤੀ, ਨਿਰਭਉ ਨਿਰਵੈ। ਗੁਰੂ ਹਰਿਰਾਏ ਸਾਹਿਬ ਦੇ ਜੀਵਨ ਦੀ ਕਿਤਾਬ ਤੇ ਦੋ ਸ਼ਬਦ ਲਿਖੇ, ਨਿਰਭਉ ਨਿਰਵੈ। ਦਿੱਲੀ ਦੇ ਬਾਦਸ਼ਾਹ ਦਾ ਹੁਕਮ ਹੋਵੇ ਵੀ ਪੇਸ਼ ਹੋ, ਤੇ ਗੁਰੂ ਹਰਿਰਾਏ ਸਾਹਿਬ ਕਹਿੰਦਾ ਹੈ ਮੈਨੂੰ ਨੀ ਕਿਸੇ ਬਾਦਸ਼ਾਹ ਦੀ ਪਰਵਾਹ, ਅਸੀਂ ਨੀ ਕਿਸੇ ਨੂੰ ਬਾਦਸ਼ਾਹ ਮੰਨਦੇ, ਸਾਡਾ ਬਾਦਸ਼ਾਹ ਤੇ ਇੱਕ ਵਾਹਿਗੁਰੂ ਹੀ। ਔਰੰਗਜ਼ੇਬ ਨੂੰ ਜਦੋਂ ਜਵਾਬ ਮਿਲਿਆ, ਤਿਲ ਮਲਾ ਉੱਠਿਆ ਕਿਤੇ ਔਰੰਗਜ਼ੇਬ, ਨਾਲੇ ਮਹਾਰਾਜ ਨੇ ਸਿਫਤ ਵੀ ਕੀਤੀ ਦਾਰਾ ਦੀ, ਕਹਿੰਦੇ ਉਹ ਕੋਈ ਬਾਦਸ਼ਾਹ, ਅਸਲੀ ਬਾਦਸ਼ਾਹ ਤੇ ਸਾਡਾ ਦਾਰਾ ਸੀ, ਉਹਦੇ ਮੂੰਹ ਤੇ ਜਿਹੜਾ ਲੈ ਕੇ ਆਇਆ ਸੰਦੇਸ਼, ਹੁਕਮ ਲੈ ਕੇ ਆਇਆ ਬਾਦਸ਼ਾਹ, ਏਡੇ ਨਿਡਰ ਸੀ। ਉਹਨੇ ਜਦੋਂ ਜਾ ਕੇ ਦੱਸਿਆ ਕਿ ਤੇਰੇ ਭਰਾ ਦੀ ਸਿਫਤ ਕੀਤੀ ਜਿਹਨੂੰ ਤੂੰ ਪਰਿਵਾਰ ਸਮੇਤ ਕਤਲ ਕੀਤਾ ਜ਼ਲੀਲ ਕਰਕੇ, ਤਾਂ ਉਹ ਤਿਲ ਮਲਾ ਉੱਠਿਆ, ਕਹਿੰਦੇ ਉਹਨੂੰ ਅੱਗ ਲੱਗ ਗਈ। ਉੱਥੇ ਰਾਜਾ ਜੈ ਸਿੰਘ ਹੋਰ ਰਾਜਪੂਤ ਰਾਜੇ ਬੈਠੇ ਸੀ, ਉਹਨਾਂ ਆਖਿਆ ਉਹ ਗੁਰੂ ਦਾ ਘਰ ਆ, ਉਹਨਾਂ ਡਰਨਾ ਨਹੀਂ ਕਰਦਾ। ਕਹਿੰਦਾ ਮੈਂ ਮਿਲਣਾ ਚਾਹੁੰਦਾ ਇੱਕ ਵਾਰੀ। ਕਹਿੰਦੇ ਜੇ ਮੁਲਾਕਾਤ ਕਰਨੀ ਫਿਰ ਨਿਮਰਤਾ ਨਾਲ ਬੇਨਤੀ ਕਰ, ਹੁਕਮ ਤੇ ਉਹ ਨਹੀਂ ਆਉਣ ਵਾਲੇ। ਫਿਰ ਦੁਬਾਰਾ ਇਹਨੇ ਨਿਮਰਤਾ ਨਾਲ ਬੇਨਤੀ ਕੀਤੀ ਵੀ ਮੈਨੂੰ ਦਰਸ਼ਨ ਦਿਓ, ਪਰ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਸੀ ਕਿ ਮਲੇਸ਼ ਦੇ ਮੱਥੇ ਨਹੀਂ ਲੱਗਣਾ। ਸਤਿਗੁਰੂ ਨੇ ਸਪਸ਼ਟ ਕਹਿ ਦਿੱਤਾ ਵੀ ਅਸੀਂ ਮਲੇਸ਼ ਦੇ ਮੱਥੇ ਨਹੀਂ ਲੱਗਣਾ, ਮੈਨੇ ਪਾਪੀ ਦੇ ਮੱਥੇ ਨਹੀਂ ਲੱਗਣਾ। ਇਸ ਕਰਕੇ ਸਲਾਹ ਹੋਈ ਕਿ ਬਾਬਾ ਰਾਮ ਰਾਏ ਨੂੰ ਭੇਜ ਦਿੱਤਾ ਜਾਵੇ ਵਕੀਲ ਬਣਾ ਕੇ। ਤਾਂ ਗੁਰੂ ਹਰਿਰਾਏ ਸਾਹਿਬ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਭੇਜੇ ਔਰ ਬਚਨ ਕੀਤਾ ਸੀ ਕਿ ਤੁਹਾਡੀ ਰਸਨਾ ਉੱਤੇ ਗੁਰੂ ਨਾਨਕ ਦੇਵ ਸਾਹਿਬ ਵਸਣਗੇ, ਜੋ ਕਹੋਗੇ ਪੂਰਾ ਹੋਊਗਾ,
ਪਰ ਬਿਨਾ ਕਾਰਨ ਤੋਂ ਚਲਾਇਓ ਨਾ, ਵਰਤਿਓ ਨਾ, ਝੁਕਿਓ ਨਾ, ਤੇ ਕਿਸੇ ਵੀ ਪੱਖ ਵਿੱਚ ਗੁਰੂ ਘਰ ਨੂੰ ਨੀਵਾਂ ਨਹੀਂ ਆਉਣ ਦੇਣਾ। ਬਾਬਾ ਰਾਮ ਰਾਏ ਜੀ ਨੇ ਉੱਥੇ 72 ਕਰਾਮਾਤਾਂ ਅੱਖਾਂ ਦੇ ਸਾਹਮਣੇ ਵਿਖਾਈਆਂ। ਇਹੋ ਜਿਹੀਆਂ ਤੁਸੀਂ ਸੁਣੋਗੇ ਤੇ ਹੈਰਾਨ ਰਹਿ ਜਾਓਗੇ। ਬੱਕਰੇ ਦੀ ਲੱਤ ਵੱਢ ਕੇ ਕਾਜ਼ੀਆਂ ਨੇ, ਔਰੰਗਜ਼ੇਬ ਨੇ ਖਾ ਲਿਆ ਸਾਰਾ, ਹੱਡੀਆਂ ਇਕੱਠੀਆਂ ਕਰਕੇ ਖੱਲ ਚ ਪਾ ਕੇ ਮਜਨੂੰ ਦੇ ਟਿੱਲੇ ਬਾਬਾ ਰਾਮ ਰਾਏ ਕੋਲ ਭੇਜ ਦਿੱਤੀਆਂ। ਜੀ ਸ਼ਹਿਜਾਦੇ ਦਾ ਬੱਕਰਾ ਸੀ, ਮੋਹ ਬੜਾ ਕਰਦਾ, ਜਿਉਂਦਾ ਕਰੋ। ਬਾਬਾ ਰਾਮ ਰਾਏ ਨੇ ਜਿਉਂਦਾ ਕਰਕੇ ਵਿਖਾਤਾ ਹੱਡੀਆਂ, ਏਡੀ ਕਰਾਮਾਤ ਉੱਥੇ ਦਿਖਾਈ ਉਹਨਾਂ। ਗੁਰੂ ਹਰ ਰਾਏ ਸਾਹਿਬ ਨਾਰਾਜ਼ ਹੋਏ ਵੀ ਜਿੱਥੇ ਨਹੀਂ ਵੀ ਵਿਖਾਉਣੀ ਉੱਥੇ ਵੀ ਵਿਖਾਈ ਗਈ, ਕਰਾਮਾਤ ਦਿਖਾਈ। ਚਲੋ ਕਰਾਮਾਤ ਦੀ ਗੱਲ ਛੱਡੋ, 72 ਕਰਾਮਾਤਾਂ ਜੇ ਮੈਂ ਤੁਹਾਨੂੰ ਇੱਕ ਇੱਕ ਕਰਾਮਾਤ ਸੁਣਾਉਣ ਲੱਗਾ ਤੇ ਮਹੀਨਾ ਮੇਰੇ ਹਿਸਾਬ ਨਾਲ ਇੱਕ ਇੱਕ ਹੀ ਸੁਣੋਗੇ। ਅਖੀਰ ਫਿਰ ਇੱਕ ਗਲਤੀ ਬਾਬਾ ਰਾਮ ਰਾਏ ਜੀ ਤੋਂ ਹੋ ਗਈ। ਜਦੋਂ ਬਾਦਸ਼ਾਹ ਔਰੰਗਜ਼ੇਬ, ਗੁਰਬਾਣੀ ਦਾ ਇਹ ਗਿਆਤਾ ਸੀ, ਕਾਫੀ ਇਹਨੂੰ ਨੌਲੇਜ ਸੀ ਗੁਰਬਾਣੀ ਦੀ, ਤੁਸੀਂ ਪੁੱਛੋਗੇ ਕਿਉਂ, ਕਿਉਂਕਿ ਨਿੱਕੇ ਹੁੰਦੇ ਦੀ ਪੜ੍ਹਾਈ ਸੁਲਤਾਨਪੁਰ ਸਾਹਿਬ ਹੋਈ। ਇਹ ਸੁਲਤਾਨਪੁਰ ਸਾਹਿਬ ਰਿਹਾ ਜੇ ਨਿੱਕਾ ਹੁੰਦਾ ਔਰੰਗਜ਼ੇਬ, ਜਿਹੜਾ ਬਾਬਾ ਨਾਨਕ ਦਾ ਸ਼ਹਿਰ ਆ ਜਿੱਥੇ ਆਪਾਂ 550 ਸਾਲਾਂ ਵੀ ਮਨਾਉਣਾ। ਇਹਨੂੰ ਗੁਰਬਾਣੀ ਦੇ ਵੀ ਕੁਝ ਲਫ਼ਜ਼ ਚੇਤੇ ਸੀ, ਇਹਨੇ ਅਖੀਰ ਪੁੱਛ ਹੀ ਲਿਆ ਮੁਲਾਣਿਆਂ ਦੇ ਕਹਿਣ ਤੇ ਵੀ, ਤੁਹਾਡੀ ਬਾਣੀ ਚ ਲਿਖਿਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆ। ਇੱਥੇ ਬਾਬਾ ਜੀ ਝੁਕ ਗਏ, ਇੱਥੇ ਬਾਬਾ ਜੀ ਕੁਝ ਕਹਿ ਲਓ ਡਰ ਗਏ, ਕੁਝ ਕਹਿ ਲਓ ਝੁਕ ਗਏ, ਕੁਝ ਕਹਿ ਲਓ ਹੁਣ ਵੀ ਬਾਦਸ਼ਾਹ ਦਾ ਪੈਸਾ ਵਰਤਣ ਕਰਕੇ, ਖਾਣ ਕਰਕੇ, ਉਹਦਾ ਸੁੱਖ ਲੈਣ ਕਰਕੇ ਮਨ ਕਮਜ਼ੋਰ ਹੋ ਗਿਆ। ਇਹਨਾਂ ਇੰਨੀ ਗੱਲ ਕਹਿ ਕੇ ਖਹਿੜਾ ਛਡਾਤਾ, ਨਹੀਂ ਜੀ ਇੱਥੇ ਇਹ ਆ ਮਿੱਟੀ ਬਈ ਮਾਨ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਸੁਭਾਵ ਆ, ਉਹ ਪਖੰਡ ਉੱਤੇ ਬੜੀ ਮਿੱਠੀ ਤੇ ਬੜੇ ਪ੍ਰੇਮ ਨਾਲ ਚੋਟ ਮਾਰਦੇ। ਪਖੰਡ ਉੱਤੇ ਮੁਸਲਮਾਨਾਂ ਦਾ ਇੱਕ ਵਹਿਮ ਆ ਕਿ ਜਦੋਂ ਬੰਦੇ ਦਾ ਸਰੀਰ ਕਬਰ ਦੇ ਵਿੱਚ ਦੱਬਿਆ ਜਾਂਦਾ ਨਾ, ਰੂਹ ਵੀ ਉਹਦੇ ਨਾਲ ਹੀ ਕਬਰ 'ਚ ਦੱਬੀ ਰਹਿੰਦੀ, ਰੂਹ ਵੀ ਉਹਦੇ ਨਾਲ। ਤੇ ਜਿੱਦਣ ਹਸ਼ਰ ਦਾ ਦਿਨ ਆਇਆ ਨਾ, ਈਸਾਈ ਵੀ ਇੱਦਾਂ ਹੀ ਕਹਿੰਦੇ, ਮੁਸਲਮਾਨ ਵੀ ਇੱਦਾਂ, ਜਿੱਦਣ ਹਸ਼ਰ ਦਾ ਦਿਨ ਆਇਆ ਉਦਣ ਰੂਹ ਕਬਰ ਦੇ ਵਿੱਚੋਂ ਉੱਠੇਗੀ ਤੇ ਹਿਸਾਬ ਦੇਵੇਗੀ। ਇਸ ਹਿਸਾਬ ਦੇ ਨਾਲ ਜਦੋਂ ਰੂਹ ਮਿੱਟੀ 'ਚ ਦੱਬੀ ਰਹੀ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ, ਫਿਰ ਕਬਰ ਦੀ ਮਿੱਟੀ ਪੁੱਟ ਕੇ ਇੱਟਾਂ ਬਣੀਆਂ, ਚੀਕਣੀ ਮਿੱਟੀ ਸੀ, ਇੱਟਾਂ ਬਣੀਆਂ, ਇੱਟਾਂ ਜਦੋਂ ਅੱਗ 'ਚ ਪਾਈਆਂ ਫਿਰ ਤੇ ਚੀਕਾਂ ਮਾਰਨਗੀਆਂ, ਕਿਉਂਕਿ ਰੂਹ ਵਿੱਚ ਹੀ। ਇਹ ਦੇਖੋ ਕਿੱਡੀ ਚੋਟ, ਵੇਖੋ ਬਾਬੇ ਨਾਨਕ ਦੀ ਕਿੱਥੇ ਮਾਰੀ ਜਾ। ਜਵਾਬ ਨਹੀਂ ਸੀ ਬਾਬੇ ਨਾਨਕ ਦਾ, ਸ਼ਬਦਾਂ ਨਾਲ ਹੀ ਮਾਰ ਦਿੰਦੇ ਸੀ। ਜਦੋਂ ਏਡੀ ਵੱਡੀ ਗੱਲ ਕਹੀ
ਤਾਂ ਬਾਬਾ ਜੀ ਇੱਥੇ ਬਦਲ ਕੇ ਕਹਿੰਦੇ ਨਹੀਂ ਮਿੱਟੀ ਬੇਈਮਾਨ ਕੀ, ਜਿਹੜਾ ਬੇਈਮਾਨ ਬੰਦਾ, ਇਮਾਨ ਮੈਨੇ ਧਰਮੀ, ਬੇਈਮਾਨ ਮੈਨੇ ਅਧਰਮੀ ਪਾਪੀ ਕੁਝ ਕਹਿ ਲਿਆ ਉਹਦੀ। ਜਦੋਂ ਇਹ ਗੱਲ, ਵੈਸੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਤੁਸੀਂ ਦਿਨ ਮਨਾ ਰਹੇ, ਪਰ ਮੈਨੂੰ ਹੁਕਮ ਹੋਇਆ ਗੁਰੂ ਹਰ ਰਾਏ ਸਾਹਿਬ ਹੈ ਤੇ ਇਹ ਵੀ ਗੁਰੂ ਨਾਨਕ, ਪਰ ਇਹ ਸਤਵਾਂ, ਇਸ ਕਰਕੇ ਦਸ ਗੁਰੂ ਨਾਨਕ ਹੋਏ ਨੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਇੱਕ ਹੋਰ ਵੀ ਸੁਭਾਅ ਸੀ, ਤੁਸੀਂ ਪੁੱਛੋਗੇ ਕੀ, ਜਿੱਥੇ ਉਹਨਾਂ ਮੁਸਲਮਾਨਾਂ ਦੇ ਪਖੰਡ ਕੱਢੇ ਆ ਉੱਥੇ ਛੱਡਿਆ ਬ੍ਰਾਹਮਣਾਂ ਨੂੰ ਵੀ ਨਹੀਂ, ਉੱਥੇ ਛੱਡਿਆ ਹਿੰਦੁਸਤਾਨ ਦੇ ਲੋਕਾਂ ਨੂੰ ਵੀ ਨਹੀਂ, ਜਿੱਥੇ ਉਹਨਾਂ ਇਸ ਗੱਲ ਤੇ ਕਿੰਤੂ ਕੀਤਾ ਉੱਥੇ ਉਹਨਾਂ ਪਿੱਤਰਾਂ ਦੀ ਗੱਲ ਤੇ ਵੀ ਕਿੰਤੂ ਕੀਤਾ। ਆਸਾ ਦੀ ਵਾਰ ਵਿੱਚ ਆਪਾਂ ਪੜ੍ਹਦੇ ਹਾਂ, ਜੇ ਮੋਹਕਾ ਘਰ ਮੋਹੇ, ਘਰ ਮੋਹੇ ਪਿਤਰੀ ਦੇ ਅੱਗੇ ਵਸਤ ਸਿਆਣੀਏ, ਪਿਤਰੀ ਚੋਰ ਕਰੇ। ਬ੍ਰਾਹਮਣ ਪਤਾ ਕੀ ਕਰਦਾ ਸੀ, ਪੁਜਾਰੀ ਪਤਾ ਕੀ ਕਰਦਾ ਸੀ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਚੰਗੇ ਵੀ ਹੁੰਦੇ। ਉਹ ਕਹਿੰਦਾ ਸੀ ਜਿਹੜੀ ਚੀਜ਼ ਤੁਸੀਂ ਮੈਨੂੰ ਦਓਗੇ ਉਹ ਤੁਹਾਡੇ ਵੱਡਿਆਂ ਨੂੰ ਜਿਹੜੇ ਮਰ ਚੁੱਕੇ ਆ ਅੱਗੇ ਦਰਗਾਹ 'ਚ ਮਿਲੂਗੀ, ਇਸ ਕਰਕੇ ਸਾਰੀਆਂ ਚੰਗੀਆਂ ਚੀਜ਼ਾਂ ਮੈਨੂੰ ਖਾਣ ਨੂੰ ਦਿਓ, ਪਾਉਣ ਨੂੰ ਦਿਓ, ਉਹ ਤੁਹਾਨੂੰ ਮਿਲੂਗੀ, ਤੁਹਾਡੇ ਵੱਡਿਆਂ ਨੂੰ ਉੱਥੇ ਮਿਲ ਜੂਗੀ। ਮਹਾਰਾਜ ਕਹਿੰਦੇ ਜੇ ਕਿਸੇ ਨੇ ਚੋਰੀ ਕਰਕੇ ਦਾਨ ਕੀਤਾ, ਜੇ ਕਿਸੇ ਨੇ ਲੁੱਟਮਾਰ ਕਰਕੇ ਦਾਨ ਕੀਤਾ, ਤੁਹਾਡੇ ਮੁਤਾਬਕ ਉਹ ਵੱਡਿਆਂ ਨੂੰ ਮਿਲੀ ਜਾ ਕੇ ਦਰਗਾਹ 'ਚ। ਜਦੋਂ ਉੱਥੇ ਵੱਡਿਆਂ ਨੂੰ ਮਿਲੀ ਤੇ ਉੱਥੇ ਜਿਹੜੇ ਘਰੋਂ ਚੋਰੀ ਕੀਤੀ ਉਹਨਾਂ ਦੇ ਵੀ ਤੇ ਮਰੇ ਬੁੱਢੇ ਉੱਥੇ ਹੀ ਹੋਣਗੇ ਨਾ, ਉਹ ਕਹਿਣਗੇ ਤਾਂ ਸਾਡੇ ਘਰ ਦੀ ਚੀਜ਼ ਨਾਲੇ ਤੁਹਾਡਿਆਂ ਨੂੰ ਚੋਰ ਬਣਾਉਣਗੇ, ਤੇ ਨਾਲੇ ਕਹਿੰਦੇ ਜਿਹੜਾ ਤੂੰ ਕਹਿੰਦਾ ਨਾ ਵੀ ਮੈਨੂੰ ਦਾਨ ਦਓ, ਬਾਹਾਂ ਤੇਰੀਆਂ ਵੀ ਕਹਿੰਦੇ ਉੱਥੇ ਵੱਢੀਆਂ ਜਾਣਗੀਆਂ, ਜਿਹੜਾ ਵਿੱਚ ਵਿਚੂਲਾ ਬਣਿਆ ਨਾ, ਜਿਹੜਾ ਦਾਨ ਪੁੰਨ ਕਰਾਉਣਾ, ਬਾਹਾਂ ਤੇਰੀਆਂ ਵੀ ਵੱਢਣੀਆਂ। ਇਹ ਸੁਭਾਅ ਸੀ ਗੁਰੂ ਨਾਨਕ ਦੇਵ ਸਾਹਿਬ। ਜਦੋਂ ਗੁਰੂ ਹਰ ਰਾਏ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਾ, ਉਹਨਾਂ ਦੇ ਬੋਲ ਬੜੇ ਹੈਰਾਨ ਕਰਨ ਵਾਲੇ ਨੇ। ਉਹਨਾਂ ਇੱਕ ਗੱਲ ਹੀ ਕਹੀ, ਉਹ ਕਹਿੰਦੇ ਬਾਬੇ ਨਾਨਕ ਦਾ ਬਚਨ ਦੀਨ ਦੁਨੀਆਂ ਦੇ ਵਿੱਚ, ਨਾ ਦੁਨਿਆਵੀ ਬੰਦਾ, ਨਾ ਕੋਈ ਸ਼ਕਤੀ ਵਾਲਾ ਸਿੱਧ ਪੀਰ, 33 ਕਰੋੜ ਦੇਵੀ ਦੇਵਤਾ, ਇੱਥੋਂ ਤੱਕ ਭਗਵਾਨ ਵਿਸ਼ਨੂੰ ਬ੍ਰਹਮਾ ਵਰਗੇ ਵੀ ਨਹੀਂ ਮੋੜ ਸਕਦੇ, ਟਾਲ ਸਕਦੇ। ਇਹ ਕਿਹੜਾ ਕੰਗਾਲ ਜੰਮ ਪਿਆ ਜਿਹਨੇ ਬਾਬੇ ਨਾਨਕ ਦਾ ਬਚਨ ਮੋੜ ਦਿੱਤਾ? ਇਤਿਹਾਸ ਕਹਿੰਦਾ ਦੋ ਗੱਲਾਂ ਕਰਕੇ ਗੁਰੂ ਨਾਰਾਜ਼ ਹੋ ਗਏ। ਇੱਕ ਤੇ ਕੀ, ਕਰਾਮਾਤ ਬਿਨਾਂ ਕਰਨ ਤੋਂ ਹੀ ਦਿਖਾਈ ਗਈ, ਪ੍ਰਭਾਵ ਪਾਉਣ ਨੂੰ ਬਸ। ਦੂਸਰਾ, ਗੁਰੂ ਨਾਨਕ ਦੇਵ ਸਾਹਿਬ ਦਾ ਬਚਨ ਖੰਡਨ ਕਰ ਦਿੱਤਾ। ਅਖੀਰ ਗੁਰੂ ਹਰ ਰਾਏ ਸਾਹਿਬ ਨੇ ਬਚਨ ਕਰ ਦਿੱਤਾ ਵੀ ਉਹਨੂੰ ਕਹਿ ਦਿਓ ਵੀ ਜਿੱਧਰ ਤੇਰਾ ਮੂੰਹ ਆ ਉੱਧਰ ਹੀ ਚਲੇ ਜਾ, ਸਾਡੇ ਮੱਥੇ ਨਾ ਲੱਗੇ ਸਾਰੀ। ਮੈਂ ਹਿਸਾਬ ਲਾਉਣਾ ਵੀ ਬਾਬੇ ਰਾਮ ਰਾਏ ਨੇ ਇੱਕ ਬਚਨ ਮਹਾਰਾਜ ਦਾ ਪਲਟਿਆ, ਉਹਦੀ ਇਹ ਦਸ਼ਾ ਹੋਣੀ, ਤੇ ਆ ਜਿਹੜੇ ਮੇਰੇ ਵੀਰ ਕੋਲੋਂ ਹੀ ਬਿੰਦੀਆਂ ਛਿੰਦੀਆਂ ਲਾਈ ਜਾਂਦੇ, ਪਤਾ ਨੀ ਕਿੱਥੋਂ ਕੱਢ ਕੇ ਲਿਆਉਂਦੇ, ਇਹਨਾਂ ਦਾ ਕੀ ਬਣੂਗਾ ਉੱਥੇ, ਇਹਨਾਂ ਦਾ ਕੀ ਬਣੂਗਾ ਉੱਥੇ, ਜਿਹੜੇ ਕੋਲੋਂ ਹੀ ਗੁਰੂ ਦਾ ਬਚਨ ਉਲਟਾਈ ਜਾਂਦੇ। ਆਪ ਕਹਿੰਦੇ ਨਹੀਂ 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 ਨਹੀਂ, ਇੱਥੇ ਤੇ ਅਦਕ ਲੱਗਣੀ ਸੀ, ਇੱਥੇ ਸਿਆਹੀ ਵੱਧ ਲੱਗ ਗਈ, ਵਿਆਕਰਨ ਸਾਰੇ ਕੱਟਣੇ ਹੀ ਚਾਹੀਦੀ ਸੀ।
ਉਹਨਾਂ ਦਾ ਕੀ ਬਣੂ ਰੱਬ ਜਾਣੇ ਤੇ ਇਹ ਜਾਣਾ। ਧੰਨ ਗੁਰੂ ਹਰ ਰਾਏ ਸਾਹਿਬ ਨੇ ਫਿਰ ਫੈਸਲਾ ਕਰ ਲਿਆ ਕਿ ਗੱਦੀ ਜਿਹੜੀ ਹੈ ਉਹ ਸਭ ਤੋਂ ਛੋਟੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਤੀ। ਇੱਥੇ ਬੇਨਤੀ ਕਰਾਂ, ਸਿੱਖੀ ਕੀ ਆ? ਸਮਾਂ ਪੂਰਾ ਹੋ ਗਿਆ, ਸਮਾਪਤੀ ਕਰਾਂ। ਸਿੱਖੀ ਕੀ ਆ? ਕਹਿੰਦੇ ਸਿੱਖੀ ਸਮਾਜਿਕ ਧਾਰਮਿਕ ਰਾਜਸੀ, ਤਿੰਨ ਚੀਜ਼ਾਂ ਹੀ ਹੁੰਦੀਆਂ। ਤਿੰਨ ਤਰ੍ਹਾਂ ਦਾ ਵਿਰੋਧ, ਜਬਰ, ਜ਼ੁਲਮ, ਤਿੰਨਾਂ ਚੋ ਕੋਈ ਵੀ ਹੁੰਦਾ ਪਿਆ ਉਹ ਭਾਵੇਂ ਧਾਰਮਿਕ ਜ਼ੁਲਮ ਸੀ, ਗਰੀਬ ਬੰਦੇ ਨੂੰ ਧੱਕੇ ਮਾਰ ਕੇ ਕੱਢ ਦੇਣਾ, ਭਗਤ ਨਾਮਦੇਵ ਸਾਹਿਬ ਵਰਗੇ ਬ੍ਰਹਮ ਗਿਆਨੀਆਂ ਨੂੰ ਧੱਕੇ ਮਾਰ ਕੇ ਕੱਢ ਦਿੱਤਾ ਗਿਆ ਮੰਦਰਾਂ ਚੋਂ ਬਾਹਰੋਂ, ਧਾਰਮਿਕ ਜ਼ੁਲਮ ਹੀ। ਗਰੀਬ ਬੰਦੇ ਦੇ ਗਲ ਦੇ ਵਿੱਚ ਟੱਲੀ ਬੰਨ ਦੇਣੀ ਵੀ ਪਤਾ ਲੱਗੇ, ਜਿਵੇਂ ਡੰਗਰ ਦੇ ਬੰਨੀ ਹੁੰਦੀ ਪਸ਼ੂ ਦੇ, ਵੀ ਜਦੋਂ ਤੂੰ ਆਵੇਂ ਪਤਾ ਲੱਗੇ ਸਾਨੂੰ ਆਵਾਜ਼ ਆ ਜੇ, ਅਸੀਂ ਪਾਸੇ ਹੋ ਜਾਈਏ, ਤੇਰਾ ਪਰਛਾਵਾਂ ਨਾ ਸਾਡੇ ਤੇ ਪੈ ਜਾਏ। ਧਾਰਮਿਕ ਜ਼ੁਲਮ, ਰਾਜਨੀਤਿਕ ਜ਼ੁਲਮ, ਸਮਾਜਿਕ ਨਾ ਬਰਾਬਰੀ ਆਦਿਕ ਜ਼ੁਲਮ ਬੜੇ ਹੁੰਦੇ। ਕੋਈ ਵੀ ਜ਼ੁਲਮ ਆ, ਸਿੱਖੀ ਕੀ ਆ? ਉਹਦੇ ਵਿਰੁੱਧ ਖੜਨਾ ਹੀ ਸਿੱਖੀ ਆ। ਤੇ ਜਿਹਨੇ ਆਪਣੇ ਆਰਾਮ ਵਾਸਤੇ, ਨੰਬਰ ਇੱਕ, ਨੰਬਰ ਦੋ ਆਪਣੀ ਵਡਿਆਈ ਵਾਸਤੇ, ਨੰਬਰ ਤਿੰਨ ਆਪਣੀ ਚੌਧਰਤਾ ਵਾਸਤੇ, ਨੰਬਰ ਚਾਰ ਕਿਸੇ ਦਬਾਅ ਥੱਲੇ ਆ ਕੇ, ਜਿਹਨੇ ਉਹ ਜ਼ੁਲਮ ਕਰਨ ਵਾਲੇ ਦਾ ਵਿਰੋਧ ਨਾ ਕੀਤਾ, ਝੁਕ ਗਿਆ, ਉਹ ਸਿੱਖੀ ਤੋਂ ਖਾਰਜ ਕਰ ਦਿੱਤਾ ਜਾਂਦਾ। ਨਾ ਮਿਲ ਵਰਤਣ ਦੀ ਲਹਿਰ ਗੁਰੂ ਹਰ ਰਾਏ ਸਾਹਿਬ ਨੇ ਆਰੰਭ ਕੀਤੀ ਸੀ। ਬਾਬਾ ਰਾਮ ਰਾਏ ਝੁਕ ਗਏ, ਬਾਦਸ਼ਾਹ ਨਾਲ ਸਾਂਝ ਪਾ ਗਏ, ਗੁਰੂ ਹਰ ਰਾਏ ਸਾਹਿਬ ਨੇ ਬੇਦਖਲ ਕਰ ਦਿੱਤਾ। ਗੁਰੂ ਹਰਕ੍ਰਿਸ਼ਨ ਸਾਹਿਬ ਦੀ ਵਾਰੀ ਆਈ, ਗੱਦੀ ਤੇ ਬੈਠੇ ਸਿਰਫ ਸਾਢੇ ਪੰਜ ਸਾਲ। ਕਈ ਇਤਿਹਾਸਕਾਰਾਂ ਫਿਰ ਸੋਚਿਆ ਵੀ ਸ਼ਾਇਦ ਸਾਨੂੰ ਲੋਕ ਸਵਾਲ ਕਰਨਗੇ, ਕਈਆਂ ਨੇ 9 ਵੀ ਲਿਖਤੇ, ਪਰ ਅਸਲੀ ਗੱਲ ਆ 5.5 ਸਾਲ ਦੀ ਉਮਰ ਚ ਗੁਰੂ ਹਰਕ੍ਰਿਸ਼ਨ ਸਾਹਿਬ ਗੱਦੀ ਤੇ ਬੈਠੇ। ਹੁਣ ਦੇਖੋ ਤੁਸੀਂ, ਬਚਨ ਮੰਨਣ ਤੋਂ ਗੱਲ ਸ਼ੁਰੂ ਹੋਈ। ਪਿਤਾ ਗੁਰੂ ਹਰ ਰਾਏ ਸਾਹਿਬ ਨੇ ਆਖਿਆ ਮਲੇਸ਼ ਦੇ ਮੱਥੇ ਨਹੀਂ ਲੱਗਣਾ, ਮਲੇਸ਼ ਦੇ ਮੱਥੇ ਉਹ ਬਚਨ ਗਾਹ ਕਰਨਗੇ। ਔਰੰਗਜ਼ੇਬ ਬਾਦਸ਼ਾਹ ਹੋਵੇ, 5.5 ਸਾਲ ਦਾ ਨਿਆਣਾ ਹੋਵੇ, ਉਹਦੀ ਦਲੀਜ਼ ਤੇ ਖਲੋਤਾ ਹੋਵੇ ਬਾਦਸ਼ਾਹ ਹਿੰਦੁਸਤਾਨ ਦਾ, ਤੇ ਉਹ ਅੰਦਰੋਂ ਦਰਵਾਜ਼ੇ ਕਵੇ ਬੰਦ ਕਰ ਦੋ, ਮਲੇਸ਼ ਦੇ ਮੱਥੇ ਨਹੀਂ ਲੱਗਣਾ। ਇਹ ਸੀ ਗੁਰੂ ਹਰਕ੍ਰਿਸ਼ਨ ਸਾਹਿਬ। 5.5 ਸਾਲ ਦਾ ਬੱਚਾ ਤੇ ਕਿੱਥੇ ਦਿੱਲੀ ਦਾ ਬਾਦਸ਼ਾਹ! ਇਸ ਮਿਲਵਰਤਨ ਨਾ ਮਿਲਵਰਤਨ ਰਹਿਣ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਆਪਣਾ ਸਰੀਰ ਦੇ ਕੇ ਨਿਭਾ ਗਏ। ਐਵੇਂ ਨੀ ਗੁਰੂ ਹਰਕ੍ਰਿਸ਼ਨ ਸਾਹਿਬ ਬਾਰੇ ਆਖਿਆ, ਬਾਬੇ ਰਾਮ ਰਾਏ ਬਾਰੇ ਕੀ ਆਖਿਆ? ਜਿਹੜਾ ਇਹਦੇ ਮੱਥੇ ਵੀ ਲੱਗ ਗਿਆ ਨਾ ਸਿੱਖਾਂ ਚ, ਉਹਦਾ ਲੋਕ ਪ੍ਰਲੋਕ ਚ ਮੂੰਹ ਕਾਲਾ ਹੋਵੇ, ਉਹ ਸਿੱਖੀ ਤੋਂ ਖਾਰਜ। ਜਿਹੜਾ ਬਾਬੇ ਰਾਮ ਰਾਏ ਦੇ ਮੱਥੇ ਵੀ ਲੱਗ, ਤੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਵਾਰੀ ਆਈ ਉਦੋਂ ਕੀ ਆਖਿਆ? ਫਿਰ ਕਹਿੰਦੇ ਜਿਹੜਾ ਭੁੱਲ ਭੁਲੇਖੇ ਇਹਨੂੰ ਵੇਖ ਵੀ ਗਿਆ,
ਉਹਦੇ ਦੁੱਖ ਕੱਟੇ ਜਾਣਗੇ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਉਹਦੇ ਮੱਥੇ ਲੱਗਿਆ ਮੂੰਹ ਕਾਲਾ, ਇਹਦੇ ਤੇ ਮੱਥੇ ਲੱਗਿਆ ਇਹਦੇ ਜਾ ਤੇਰੇ ਸਾਰੇ ਦੁੱਖ ਹੀ ਕੱਟੇ ਗਏ, ਪਾਠ ਕਰਨ ਦੀ ਵੀ ਲੋੜ ਨਹੀਂ ਜੇ ਇਹਦੇ ਮੱਥੇ ਵੀ ਲੱਗ ਜਾ ਕਰ। ਐਸੇ ਬਚਨ ਮਹਾਰਾਜ ਨੇ ਕੀਤੇ। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਇਤਿਹਾਸ ਆਰੰਭ ਕਰੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ। ਪ੍ਰਬੰਧਕ ਸੱਜਣਾ ਦਾ ਵੀ ਬਹੁਤ ਬਹੁਤ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।